ਸੁਹੰਜਣਾ ਜਿਹੜਾ ਇਹ 300 ਬਿਮਾਰੀਆਂ ਠੀਕ ਕਰਦਾ। ਇਹਦਾ ਪੰਜਾਬੀ ਨਾਂ ਸੁਹੰਜਣਾ ਆ, ਇੰਗਲਿਸ਼ ਨਾਂ ਜਿਹੜਾ ਇਹਦਾ ਨਾਂ ਡਰਮਸਟਿਕ ਆ, ਅਤੇ ਬੋਟੈਨੀਕਲ ਨੇਮ ਜਿਹੜਾ ਵਰਲਡ ਲੈਵਲ 'ਤੇ ਉੱਪਰ ਜਾਣਿਆ ਜਾਂਦਾ ਇਹਦਾ ਨਾਂ ਮਰਿੰਗਾ ਓਲੀਫੈਰਾ। ਮਰਿੰਗਾ, ਹਾਂ ਮਰਿੰਗਾ। ਗਰੰਟੀ ਆ ਭਾਈ, ਜਿੰਨੇ ਆ ਸਾਰੀ ਵੀਡੀਓ ਵੇਖ ਲਈ, ਉਹਨੂੰ ਇੱਕ ਤਾਂ ਹਸਪਤਾਲ ਜਾਣ ਦੀ ਲੋੜ ਨਹੀਂ ਪਵੇਗੀ, ਅਤੇ ਸਾਰੀ ਉਮਰ ਉਹ ਬੰਦਾ ਕਿਸੇ ਬਿਮਾਰੀ ਤੋਂ ਪੀੜਿਤ ਨਹੀਂ ਹੋਊਗਾ। ਵੀਡੀਓ ਪੂਰੀ ਦੇਖਿਓ ਅਤੇ ਵੀਡੀਓ ਨੂੰ ਸਕਿੱਪ ਨਾ ਕਰਿਓ। ਇਹਦੇ ਪੱਤੇ ਸੁਕਾ ਕੇ ਅਤੇ ਫਿਰ ਉਹਨਾਂ ਦਾ ਆਪਾਂ ਮਿਕਸੀ ਦੇ ਵਿੱਚ ਰਗੜ ਕੇ ਪਾਊਡਰ ਬਣਾ ਲੈਣਾ, ਅਤੇ ਆਮ ਤੰਦਰੁਸਤ ਬੰਦਾ ਜਵਾਨ ਇੱਕ ਚਮਚਾ ਪਾਊਡਰ ਰੋਟੀ ਖਾਣ ਤੋਂ ਬਾਅਦ ਖਾਣਾ, ਖਾਲੀ ਪੇਟ ਨਹੀਂ ਖਾਣਾ। ਸ਼ੁਰੂਆਤ ਤੁਸੀਂ ਅੱਧੇ ਕੁ ਚਮਚੇ ਤੋਂ ਸ਼ੁਰੂ ਕਰ ਲਓ। ਇਹਦੇ ਫਾਇਦੇ ਕੀ ਨੇ? 300 ਬਿਮਾਰੀਆਂ ਠੀਕ ਕਰਦਾ। ਅਤੇ ਅਸੀਂ ਇਹਦਾ ਜਿਹੜਾ ਬੂਟੇ ਦੇ ਫਾਇਦੇ ਲਿਖੇ ਨੇ, ਇੱਕ ਪੇਪਰ ਅਸੀਂ ਛਾਪਿਆ, ਉਹ ਵੀ ਤੁਹਾਨੂੰ ਦਿਖਾਉਣੇ ਆ ਵੀ ਘਰ ਘਰ ਲਾਓ ਸੁਹੰਜਣਾ, ਜੇ ਸਰੀਰ ਤੰਦਰੁਸਤ ਰੱਖਣਾ। ਅਤੇ ਇਹਦੇ ਵਿੱਚ ਫਿਰ ਅਸੀਂ ਜਿਹੜੀਆਂ ਇਹਦੀਆਂ 300 ਬਿਮਾਰੀਆਂ ਦੇ ਵਿੱਚੋਂ 15 ਬਿਮਾਰੀਆਂ ਅਸੀਂ ਫਿਰ ਸ਼ਾਰਟਲਿਸਟ ਕੀਤੀਆਂ ਨੇ। ਇਹਦੇ 'ਚ ਜਿੱਥੇ ਗੋਡੇ ਠੀਕ ਹੁੰਦੇ ਆ, ਮੋਟਾਪਾ ਠੀਕ ਹੁੰਦਾ, ਬਲੱਡ ਪ੍ਰੈਸ਼ਰ ਆ, ਸ਼ੂਗਰ ਆ, ਇੱਕ ਇਹਦੇ ਵਿੱਚ ਆ ਸਭ ਤੋਂ ਖਤਰਨਾਕ ਬਿਮਾਰੀ ਬਲੱਡ ਕੈਂਸਰ ਜੀ। ਬਲੱਡ ਕੈਂਸਰ ਦੇ ਮਰੀਜ਼ ਸਾਡੇ ਕੋਲ ਨਾ ਪਤੇ ਉਹਨਾਂ ਦੇ ਹੈਗੇ ਆ, ਜਿਨ੍ਹਾਂ ਨੇ ਇਹ ਕੋਈ 15-20 ਦਿਨ ਹੀ ਖਾਧਾ ਪਾਊਡਰ, ਅਤੇ ਉਹਨਾਂ ਨੂੰ ਕਾਫੀ ਰਾਹਤ ਮਿਲੀ ਬਲੱਡ ਕੈਂਸਰ ਦੇ ਵਿੱਚ। ਦਿਆਲ ਸਿੰਘ ਘਰਿਆਲਾ ਕੋ ਕਿਹੜੀ PhD ਹੈ ਵੀ ਉਹ ਕੈਂਸਰ ਵਾਸਤੇ ਇਲਾਜ? ਹਾਂ ਹਾਂ ਹਾਂ, ਕਿਉਂਕਿ ਇਹ ਸਾਨੂੰ ਸਿੰਘਾਪੁਰ ਤੋਂ, ਮੇਰੇ ਕੋਲ ਨਾਂ ਆ ਸੁਲੱਖਣ ਸਿੰਘ ਰਿਆੜ ਨੇ, ਜਿਹੜੇ ਕਮਿਸ਼ਨਰ ਆ ਬਟਾਲੇ ਦੇ, ਉਹਨਾਂ ਦੇ ਭੂਆ ਦਾ ਪੋਤਾ ਕੋਈ, ਉਹ ਸਾਰੇ ਦੁਨੀਆਂ 'ਚ ਉਹਨਾਂ ਦਾ ਨਾਂ ਹੈ ਸੁਲੱਖਣ ਸਿੰਘ ਰਿਆੜ। ਮੇਰੇ ਤੋਂ ਬਿਨਾਂ ਤੁਸੀਂ ਸੁਲੱਖਣ ਸਿੰਘ ਰਿਆੜ ਨੂੰ ਫੋਨ ਕਰਕੇ ਪੁੱਛ ਲਓ ਵੀ ਤੁਹਾਡਾ ਨਾਂ ਲਿਆ ਆ, ਅਤੇ ਤੁਹਾਡਾ ਭੂਆ ਦਾ ਪੁੱਤ ਸਿੰਘਾਪੁਰ ਰਹਿੰਦਾ, ਉਹਦਾ ਬਲੱਡ ਕੈਂਸਰ ਠੀਕ ਹੋਇਆ, ਉਹ ਤੁਹਾਨੂੰ ਸਾਰੀ ਇਹਦੇ ਬਾਰੇ ਦੱਸੇਗਾ। ਇਹ 'ਚ ਕਿਹੜੇ ਕਿਹੜੇ ਤੱਤ ਪਾਏ ਜਾਂਦੇ? ਇਹਦੇ 'ਚ ਮੇਨ ਕੈਲਸ਼ੀਅਮ ਆ, ਦੂਜੇ ਨੰਬਰ 'ਤੇ ਵਿਟਾਮਿਨ ਏ ਆ, ਵਿਟਾਮਿਨ ਸੀ ਆ, ਫਿਰ ਆ ਦੇਖੋ ਇਹਦੇ 'ਚ ਆਇਰਨ ਆ ਬਹੁਤ ਜ਼ਿਆਦਾ, ਜਿੰਕ ਆ। ਜਦੋਂ ਕਰੋਨਾ ਦੌਰ ਚੱਲਿਆ ਅੱਜ ਤੋਂ 4 ਪਹਿਲਾਂ, ਸਰਕਾਰ ਨੇ ਹਊਆ ਬਣਾ ਤਾ ਅਤੇ ਕਹਿੰਦੇ ਕੀ ਸੀ, ਵਿਟਾਮਿਨ ਸੀ ਲਓ ਅਤੇ ਜਿੰਕ ਦੀਆਂ ਗੋਲੀਆਂ ਖਾਓ। ਅਤੇ ਅਸੀਂ ਫਿਰ ਇੱਕ ਹੈਡਿੰਗ ਨਾਂ ਰੱਖਿਆ ਸੀ, ਇੱਕ ਸੁਹੰਜਣੇ ਦਾ ਪੇਪਰ ਛਾਪਿਆ ਵੀ ਸੁਹੰਜਣਾ ਖਾਓ ਅਤੇ ਕਰੋਨਾ ਭਜਾਓ, ਇਹ ਹੈਡਿੰਗ ਰੱਖਿਆ ਅਸੀਂ। 10,000 ਪੇਪਰ ਫੇਸਬੁੱਕ 'ਤੇ ਪਾਇਆ, ਵਟਸਐਪ 'ਤੇ ਲੋਕਾਂ ਨੂੰ ਵੰਡਿਆ ਇਸੇ ਤਰ੍ਹਾਂ ਪੇਪਰ ਆ ਜਿਹੜਾ, ਆ ਫਿਰ ਹੁਣ ਇਹ ਡਿਟੇਲ ਲਿਖੀ ਆ ਹੁਣ ਜਿਹੜਾ ਪੇਪਰ ਨਵਾਂ। ਉਮਰ ਸੀਮਾ ਵੀ ਕੋਈ ਹੋ ਸਕਦੀ ਵੀ ਕਿਸੇ ਛੋਟੇ ਬੱਚੇ ਨੂੰ ਨਹੀਂ ਦੇਣਾ ਜਾਂ ਵੱਧ ਉਮਰ ਦਾ ਬੰਦਾ ਘੱਟ ਖਾਵੇ? ਜਿਹੜਾ 2 ਦਾ ਬੱਚਾ ਆ, ਮੈਂ ਦੇਖਿਆ ਵੀ ਉਹਨਾਂ ਦੀਆਂ ਮਾਤਾਵਾਂ ਜੇ ਉਹਨੂੰ ਚੂੰਡੀ ਭਰ ਕੇ ਦੇ ਦੇਣ, ਦੋ ਸਾਲ ਦੇ ਬੱਚੇ ਨੂੰ, ਉਹ ਬੜੀ ਖੁਸ਼ੀ ਨਾਲ ਖਾ ਲੈਂਦਾ, ਅਤੇ ਉਹਦੇ 'ਤੇ ਵੀ ਅਸਰ ਹੋਵੇਗਾ। ਵੀ ਸੁਹੰਜਣਾ ਜਦੋਂ ਆਪਾਂ ਖਾਵਾਂਗੇ, ਬਹੁਤ ਖੁਰਾਕ ਦਾ ਭੰਡਾਰ ਸਾਡੇ ਢਿੱਡ 'ਚ ਚਲੇ ਜਾਣਾ ਸੁਹੰਜਣੇ ਦੇ ਪਾਊਡਰ 'ਚੋਂ ਹੀ, ਇੱਕ ਚਮਚੇ 'ਚੋਂ ਹੀ। ਅਤੇ ਜਿਹੜਾ ਬੰਦਾ 10 ਰੋਟੀਆਂ ਗਰੀਬ ਖਾਂਦਾ, ਅਤੇ ਮੈਂ ਗਰੰਟੀ ਨਾਲ ਕਹਿ ਸਕਦਾ ਵੀ ਉਹ 5-6 ਦੇ ਨਾਲ ਹੀ ਉਹਦੀ ਸੈਟਿਸਫੈਕਸ਼ਨ ਹੋ ਜਾਏਗੀ, ਅਤੇ 10 ਰੋਟੀਆਂ ਨਾਲੋਂ ਉਹਦੀ ਸਿਹਤ 5-6 ਰੋਟੀਆਂ ਖਾਣ ਨਾਲ ਹੀ ਵਧੀਆ ਹੋਵੇ, ਵਧੀਆ ਰਹੂ। ਗਰੰਟੀ ਆ ਭਾਈ, ਜਿੰਨੇ ਆ ਸਾਰੀ ਵੀਡੀਓ ਵੇਖ ਲਈ, ਉਹਨੂੰ ਇੱਕ ਤਾਂ ਹਸਪਤਾਲ ਜਾਣ ਦੀ ਲੋੜ ਨਹੀਂ ਪਵੇਗੀ, ਅਤੇ ਸਾਰੀ ਉਮਰ ਉਹ ਬੰਦਾ ਕਿਸੇ ਬਿਮਾਰੀ ਤੋਂ ਪੀੜਿਤ ਨਹੀਂ ਹੋਊਗਾ। ਵੀਡੀਓ ਪੂਰੀ ਦੇਖਿਓ ਅਤੇ ਵੀਡੀਓ ਨੂੰ ਸਕਿੱਪ ਨਾ ਕਰਿਓ। ਜੇਕਰ ਤੁਸੀਂ ਆਹ ਕੰਮ ਕਰ ਲਿਆ ਨਾ, ਆਪਣੇ ਘਰ ਦੇ ਵਿੱਚ ਰਹਿ ਕੇ ਥੋੜ੍ਹੀ ਜਿਹੀ ਮਿਹਨਤ ਕਰਨੀ ਪੈਣੀ ਆ, ਥੋੜ੍ਹੀ ਜਿਹੀ ਮਿਹਨਤ ਕਰ ਲਓਗੇ ਨਾ ਤਾਂ ਜ਼ਿੰਦਗੀ ਭਰ ਕਦੇ ਵੀ ਬਿਮਾਰ ਨਹੀਂ ਹੋਵੋਗੇ। ਇਹ ਗਰੰਟੀ ਹੈ ਅੱਜ ਦੀ ਵੀਡੀਓ ਦੀ। ਅਤੇ ਵੀਡੀਓ ਕੀ ਹੈ? ਕੋਈ ਮੈਂ ਤੁਹਾਨੂੰ ਵਰਜਿਸ਼ ਨਹੀਂ ਦੱਸਣ ਲੱਗਾ, ਕੋਈ ਤੁਹਾਨੂੰ ਦਵਾਈ ਨਹੀਂ ਦੱਸਣ ਲੱਗਾ, ਕੁਦਰਤ ਦੇ ਨਾਲ ਜੋੜਨ ਲੱਗੇ ਹਾਂ। ਪਹਿਲਾਂ ਵੀ ਤੁਸੀਂ ਵੀਡੀਓ ਦੇਖੀਆਂ ਹੋਣਗੀਆਂ। ਅਸੀਂ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਮੈਡੀਸਨ ਬੂਟਿਆਂ ਦੀ ਜਾਣਕਾਰੀ ਕਿ ਕਿਹੜੇ ਕਿਹੜੇ ਉਹ ਪੌਦੇ ਨੇ
ਜਿਨ੍ਹਾਂ ਨੂੰ ਘਰ ਵਿੱਚ ਸਿਰਫ ਲਗਾਉਣ ਦੇ ਨਾਲ ਉਹਨਾਂ ਦੀ ਦੁਰਗੰਧ ਦੇ ਨਾਲ ਹੀ ਹਜ਼ਾਰਾਂ ਬਿਮਾਰੀਆਂ ਜਿਹੜੀਆਂ ਉਹ ਦੂਰ ਹੋ ਜਾਂਦੀਆਂ ਨੇ। ਬਹੁਤ ਸਾਰੇ ਬੂਟਿਆਂ ਦੀ ਜਾਣਕਾਰੀ ਦੇਵਾਂਗੇ, ਕਈਆਂ ਨੂੰ ਤੁਹਾਨੂੰ ਖਾਣਾ ਪਵੇਗਾ, ਕਈਆਂ ਦਾ ਸਿਰਫ ਤੁਹਾਨੂੰ ਪਾਣੀ ਪੀਣਾ ਪਊਗਾ। ਵੱਖ ਵੱਖ ਬੂਟੇ ਨੇ, ਕਿਹੜੇ ਕਿਹੜੇ ਬੂਟੇ ਨੇ? ਮੇਰੇ ਨਾਲ ਨੇ ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਸਰਦਾਰ ਹਰਦਿਆਲ ਸਿੰਘ ਘਰਿਆਲਾ, ਪਹਿਲਾਂ ਵੀ ਤੁਸੀਂ ਦੇਖਦੇ ਹੋ, ਜਾਣਦੇ ਹੋ, ਆਓ ਕਰਦੇ ਹਾਂ ਗੱਲਬਾਤ ਪੌਣੇ ਫਤਿਹ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਹਾਂ ਵਾਹਿਗੁਰੂ ਜੀ ਕੀ ਫਤਿਹ ਜੀ। ਬੂਟੇ ਹਮੇਸ਼ਾ ਹੀ ਲੋਕ ਸਾਡੇ ਪੁਰਾਣੇ ਜਿਹੜੇ ਕੁਦਰਤੀ ਦੇ ਨਾਲ ਜੁੜੇ ਹੋਏ ਸੀ, ਸਾਡੇ ਬਜ਼ੁਰਗ ਵੀ ਇਲਾਜ ਕਰਦੇ ਹੋਣਗੇ, ਹੈ ਨਾ? ਅਤੇ ਇਹ ਆਪਾਂ ਅੱਜ ਮੈਡੀਸਨ ਬੂਟਿਆਂ ਬਾਰੇ ਗੱਲਬਾਤ ਕਰਨੀ ਹੈ, ਅਤੇ ਸ਼ੁਰੂਆਤੀ ਤੌਰ 'ਤੇ ਕਿਹੜੇ ਬੂਟੇ ਬਾਰੇ ਜਾਣਕਾਰੀ ਦੇ ਰਹੇ? ਸੁਝਾਅ, ਅਸੀਂ ਇੱਕ ਪੇਪਰ ਲਿਖਿਆ, ਮੈਡੀਸਨਲ ਬੂਟੇ ਲਾਓ ਅਤੇ ਬਿਮਾਰੀਆਂ ਭਜਾਓ ਜੀ। ਬੂਟੇ ਆਯੁਰਵੈਦ ਦੇ ਵਿੱਚ ਹਜ਼ਾਰਾਂ ਨੇ, ਪਰ ਅਸੀਂ ਇਹ ਦੇਖਿਆ ਪਿਛਲੇ ਸਮੇਂ ਤੋਂ 10 ਬੂਟਿਆਂ ਦੀ ਅਸੀਂ ਇਹਨਾਂ ਨੂੰ ਸ਼ਾਰਟਲਿਸਟ ਕੀਤਾ ਜੀ। ਪਹਿਲੇ ਨੰਬਰ ਦੇ ਉੱਪਰ ਸੁਹਾਂਜਣਾ ਰੱਖਿਆ। ਇਹ ਬੂਟੇ ਤਾਂ ਰੱਖੇ ਨੇ ਵੀ ਇਹਨਾਂ ਬੂਟਿਆਂ ਤੋਂ ਬਿਨਾਂ ਗੁਜ਼ਾਰਾ ਨਹੀਂ ਹੈਗਾ ਬੰਦੇ ਦਾ ਜੀ, ਜਿਹੜੇ ਗਰੀਬ ਲੋਕ ਨੇ ਜੀ ਜੀ, ਕਿਉਂਕਿ ਅਮੀਰ ਲੋਕ ਤਾਂ ਆਪਦੇ ਪੈਸੇ ਖਰਚ ਕੇ ਆਪਦਾ ਇਲਾਜ ਕਰਾਉਣ ਜੀ ਜੀ। ਸਾਡਾ ਜਿਹੜਾ ਟੀਚਾ ਹੈ ਉਹ ਗਰੀਬ ਲੋਕਾਂ ਤੱਕ ਆ ਜੀ। ਸੁਹਾਂਜਣਾ ਦੇਖੋ, ਆ ਅਸੀਂ ਘਰਿਆਲਾ ਪਿੰਡ ਆ ਜਿਹੜਾ ਤਰਨ ਤਾਰਨ ਜ਼ਿਲ੍ਹੇ ਦਾ, ਇੱਥੇ ਸਰਕਾਰੀ ਹਸਪਤਾਲ ਦੇ ਵਿੱਚ ਖੜ੍ਹੇ ਆਪਾਂ। ਅਸੀਂ ਪਿਛਲੇ ਸਾਲ ਡਿਪਟੀ ਕਮਿਸ਼ਨਰ ਤਰਨ ਤਾਰਨ ਤੋਂ ਮਨਜ਼ੂਰੀ ਲੈ ਕੇ ਨਰੇਗਾ ਦੇ ਵਿੱਚ ਨਰਸਰੀ ਬਣਾਈ। ਇੱਥੇ ਅਸੀਂ 50,000 ਬੂਟੇ ਦੀ ਜਿਹੜੀ ਮਨਜ਼ੂਰੀ ਲਈ ਸੀ, ਅਤੇ 50,000 ਦੇ ਹਿਸਾਬ ਨਾਲ ਹੀ ਉਹਨਾਂ ਨੇ ਸਾਰਾ ਪ੍ਰੋਜੈਕਟ ਪਾਸ ਕੀਤਾ। ਅਤੇ ਆਹ ਸਭ ਤੋਂ ਵੱਧ ਅਸੀਂ ਫੋਕਸ ਕੀਤਾ ਸੁਹਾਂਜਣੇ ਦੇ ਉੱਪਰ। ਆਹ ਦੇਖੋ ਸੁਹਾਂਜਣੇ ਦੇ ਬੂਟੇ ਅਸੀਂ ਪਿਛਲੇ ਸਾਲ 2 ਮਈ ਤੋਂ ਸ਼ੁਰੂ ਕੀਤੀ ਨਰਸਰੀ ਇਹ ਜੀ, ਅਤੇ ਸਾਰੇ ਗਰਮੀਆਂ ਦੇ ਵਿੱਚ ਸੁਹਾਂਜਣੇ ਹੀ ਸੁਹਾਂਜਣੇ ਸੀ ਇਸ ਕੰਪਲੈਕਸ ਦੇ ਵਿੱਚ। ਬੜੇ ਲੋਕਾਂ ਨੂੰ ਦੂਜਾ ਅਸੀਂ ਇਹ ਬੂਟੇ ਵਰਤਾਏ, ਬਾਰਡਰ ਤੱਕ ਗਏ ਆ। ਅਤੇ ਸੁਹਾਂਜਣੇ ਦੇ ਮੇਨ ਅਸੀਂ ਫੋਕਸ ਕਿਉਂ ਕਰ ਰਹੇ ਹਾਂ, ਸੁਹਾਂਜਣਾ ਜਿਹੜਾ ਇਹ 300 ਬਿਮਾਰੀਆਂ ਠੀਕ ਕਰਦਾ। ਇਹਦਾ ਪੰਜਾਬੀ ਨਾਂ ਸੁਹਾਂਜਣਾ ਆ, ਇੰਗਲਿਸ਼ ਨਾਂ ਜਿਹੜਾ ਇਹਦਾ ਨਾਂ ਡਰਮਸਟਿਕ ਆ, ਅਤੇ ਬੋਟੈਨੀਕਲ ਨੇਮ ਜਿਹੜਾ ਵਰਲਡ ਲੈਵਲ 'ਤੇ ਉੱਪਰ ਜਾਣਿਆ ਜਾਂਦਾ ਵਾ, ਇਹਦਾ ਨਾਂ ਮਰਿੰਗਾ ਓਲੀਫੈਰਾ। ਮਰਿੰਗਾ, ਹਾਂ ਮਰਿੰਗਾ। ਅੱਛਾ, ਇਹਦੇ ਫਾਇਦੇ ਕੀ ਨੇ ਵੀ ਅਸੀਂ ਇਹਦੇ ਪੱਤੇ ਨੇ ਜਿਹੜੇ ਆਹ ਤੁਹਾਨੂੰ ਦਿਖਾਉਣੇ ਆ ਜੀ, ਵੀ ਆਹ ਪੱਤਾ ਆਪਾਂ ਤੋੜ ਲਿਆ ਜੀ, ਇਸ ਪੱਤੇ ਨੂੰ ਇੱਦਾਂ ਪੱਤੇ ਤੋੜ ਕੇ ਅਤੇ ਇਹਨਾਂ ਨੂੰ ਛਾਵੇਂ ਸੁਕਾਉਣਾ। ਕੋਈ ਵੀ ਬੂਟਾ ਜੇ ਆਪਾਂ ਤੁਲਸੀ ਦਾ ਪੱਤਾ ਆ, ਕੜੀ ਪੱਤਾ ਜਾਂ ਇਹ ਸੁਹਾਂਜਣਾ, ਇਹਨਾਂ ਨੂੰ ਛਾਵੇਂ ਸੁਕਾਉਣਾ ਮੌਸਮ ਦੇ ਮੁਤਾਬਕ। ਇਹ ਜਿਸ ਤਰ੍ਹਾਂ ਹੁਣ ਮਾਰਚ ਦਾ ਐਂਡ ਆ, ਅਪ੍ਰੈਲ ਸ਼ੁਰੂ ਹੋਣ ਵਾਲਾ, ਹੁਣ ਕੋਈ 10 ਦਿਨ ਦੇ ਵਿੱਚ ਇਹ ਪੱਤੇ ਸੁੱਕ ਜਾਣਗੇ। ਗਾਂ ਮਈ ਮਹੀਨਾ ਆਉਂਦਾ ਉਦੋਂ 5 ਦਿਨਾਂ 'ਚ ਸੁੱਕ ਜਾਂਦੇ, ਕਿਉਂਕਿ ਉਦੋਂ ਹਵਾ ਦੇ ਵਿੱਚ ਮੋਇਸਚਰ ਬਹੁਤ ਘੱਟ ਹੁੰਦਾ। ਇਹਦੇ ਪੱਤੇ ਸੁਕਾ ਕੇ ਅਤੇ ਫਿਰ ਉਹਨਾਂ ਦਾ ਆਪਾਂ ਮਿਕਸੀ ਦੇ ਵਿੱਚ ਰਗੜ ਕੇ ਪਾਊਡਰ ਬਣਾ ਲੈਣਾ। ਅਤੇ ਆਮ ਤੰਦਰੁਸਤ ਬੰਦਾ, ਜਵਾਨ, 1 ਚਮਚਾ ਪਾਊਡਰ ਜੀ ਰੋਟੀ ਖਾਣ ਤੋਂ ਬਾਅਦ ਖਾਣਾ, ਖਾਲੀ ਪੇਟ ਨਹੀਂ ਖਾਣਾ। ਸ਼ੁਰੂਆਤ ਤੁਸੀਂ 1/2 ਚਮਚੇ ਤੋਂ ਸ਼ੁਰੂ ਕਰ ਲਓ। ਇਹਦੇ ਫਾਇਦੇ ਕੀ ਨੇ? 300 ਬਿਮਾਰੀਆਂ ਠੀਕ ਕਰਦਾ। ਅਤੇ ਅਸੀਂ ਇਹਦਾ ਜਿਹੜਾ ਬੂਟੇ ਦੇ ਫਾਇਦੇ ਲਿਖੇ ਨੇ, ਇੱਕ ਪੇਪਰ ਅਸੀਂ ਛਾਪਿਆ, ਉਹ ਵੀ ਤੁਹਾਨੂੰ ਦਿਖਾਉਣੇ ਆ ਜੀ, ਵੀ ਘਰ ਘਰ ਲਾਓ ਸੁਹਾਂਜਣਾ ਜੇ ਸਰੀਰ ਤੰਦਰੁਸਤ ਰੱਖਣਾ। ਅਤੇ ਇਹਦੇ ਵਿੱਚ ਫਿਰ ਅਸੀਂ ਜਿਹੜੀਆਂ ਇਹਦੀਆਂ 300 ਬਿਮਾਰੀਆਂ ਦੇ ਵਿੱਚੋਂ ਜੀ 15 ਬਿਮਾਰੀਆਂ ਅਸੀਂ ਫਿਰ ਸ਼ਾਰਟਲਿਸਟ ਕੀਤੀਆਂ ਨੇ। ਇਹਦੇ 'ਚ ਜਿੱਥੇ ਗੋਡੇ ਠੀਕ ਹੁੰਦੇ ਆ, ਮੋਟਾਪਾ ਠੀਕ ਹੁੰਦਾ, ਬਲੱਡ ਪ੍ਰੈਸ਼ਰ ਆ, ਸ਼ੂਗਰ ਆ, ਇੱਕ ਇਹਦੇ ਵਿੱਚ ਆ ਸਭ ਤੋਂ ਖਤਰਨਾਕ ਬਿਮਾਰੀ ਬਲੱਡ ਕੈਂਸਰ ਜੀ। ਬਲੱਡ ਕੈਂਸਰ ਦੇ ਮਰੀਜ਼ ਸਾਡੇ ਕੋਲ ਨਾ ਪਤੇ ਉਹਨਾਂ ਦੇ ਹੈਗੇ ਆ, ਜਿਨ੍ਹਾਂ ਨੇ ਇਹ ਕੋਈ 15-20 ਦਿਨ ਹੀ ਖਾਧਾ ਪਾਊਡਰ, ਅਤੇ ਉਹਨਾਂ ਨੂੰ ਕਾਫੀ ਰਾਹਤ ਮਿਲੀ ਬਲੱਡ ਕੈਂਸਰ ਦੇ ਵਿੱਚ। ਇਹ ਬੜੀ ਵੱਡੀ ਇੱਕ ਮੈਂ ਸਮਝਦਾ ਵੀ ਇਸ ਬੂਟੇ ਦੀ ਪ੍ਰਾਪਤੀ ਕਹਿ ਲਓ ਜਾਂ ਇਹਦਾ ਗੁਣ ਵੱਡਾ। ਅਤੇ ਜੇ ਸੁਹਾਂਜਣਾ ਆਪਾਂ ਘਰਾਂ ਘਰ ਹਰ ਘਰ 'ਚ ਲਾਈਏ, ਸਰਕਾਰੀ ਸਕੂਲਾਂ 'ਚ, ਹਸਪਤਾਲਾਂ 'ਚ, ਪਾਰਕਾਂ ਦੇ ਵਿੱਚ, ਅਸੀਂ ਸਨ 2017-18 ਤੋਂ ਮੁਹਿੰਮ ਸ਼ੁਰੂ ਕੀਤੀ ਆ। ਬਹੁਤ ਵੱਡੀਆਂ ਗੱਲਾਂ ਤੁਸੀਂ ਦੱਸ ਰਹੇ ਹੋ,
ਤੇ ਬਹੁਤ ਲੋਕਾਂ ਨੇ ਸਵਾਲ ਵੀ ਕਰਨੇ ਵੀ ਹਰਦਿਆਲ ਸਿੰਘ ਘਰਿਆਲਾ ਕੋ ਕਿਹੜੀ PhD ਹੈ ਵੀ ਉਹ ਕੈਂਸਰ ਵਾਸਤੇ ਇਲਾਜ ਕਰ। ਹਾਂ ਹਾਂ ਹਾਂ, ਕਿਉਂਕਿ ਇਹ ਸਾਨੂੰ ਸਿੰਘਾਪੁਰ ਤੋਂ ਮੇਰੇ ਕੋਲ ਨਾਂ ਆ ਸੁਲੱਖਣ ਸਿੰਘ ਰਿਆੜ ਨੇ ਜਿਹੜੇ ਕਮਿਸ਼ਨਰ ਆ ਬਟਾਲੇ ਦੇ, ਉਹਨਾਂ ਦੇ ਭੂਆ ਦਾ ਪੋਤਾ ਕੋਈ, ਉਹ ਸਾਰੇ ਦੁਨੀਆ 'ਚ ਉਹਨਾਂ ਦਾ ਨਾਂ ਹੈ ਸੁਲੱਖਣ ਸਿੰਘ ਰਿਆੜ। ਮੇਰੇ ਤੋਂ ਬਿਨਾਂ ਤੁਸੀਂ ਸੁਲੱਖਣ ਸਿੰਘ ਰਿਆੜ ਨੂੰ ਫੋਨ ਕਰਕੇ ਪੁੱਛ ਲਓ ਵੀ ਤੁਹਾਡਾ ਨਾਂ ਲਿਆ ਆ ਅਤੇ ਤੁਹਾਡਾ ਭੂਆ ਦਾ ਪੁੱਤ ਸਿੰਘਾਪੁਰ ਰਹਿੰਦਾ, ਉਹਦਾ ਬਲੱਡ ਕੈਂਸਰ ਠੀਕ ਹੋਇਆ, ਉਹ ਤੁਹਾਨੂੰ ਸਾਰੀ ਇਹਦੇ ਬਾਰੇ ਦੱਸੇਗਾ। ਇਹ 'ਚ ਕਿਹੜੇ ਕਿਹੜੇ ਤੱਤ ਪਾਏ ਜਾਂਦੇ? ਇਹਦੇ 'ਚ ਮੇਨ ਕੈਲਸ਼ੀਅਮ ਆ, ਦੂਜੇ ਨੰਬਰ 'ਤੇ ਵਿਟਾਮਿਨ ਏ ਆ, ਵਿਟਾਮਿਨ ਸੀ ਆ, ਫਿਰ ਆ ਦੇਖੋ ਇਹਦੇ 'ਚ ਆਇਰਨ ਆ ਬਹੁਤ ਜ਼ਿਆਦਾ, ਜਿੰਕ ਆ। ਜਦੋਂ ਕਰੋਨਾ ਦੌਰ ਚੱਲਿਆ ਅੱਜ ਤੋਂ 4 ਸਾਲ ਪਹਿਲਾਂ, ਸਰਕਾਰ ਨੇ ਹਊਆ ਬਣਾ ਦਿੱਤਾ ਅਤੇ ਕਹਿੰਦੇ ਕੀ ਸੀ ਵਿਟਾਮਿਨ ਸੀ ਲਓ ਅਤੇ ਜਿੰਕ ਦੀਆਂ ਗੋਲੀਆਂ ਖਾਓ। ਅਤੇ ਅਸੀਂ ਫਿਰ ਇੱਕ ਹੈਡਿੰਗ ਨਾਂ ਰੱਖਿਆ ਸੀ, ਇੱਕ ਸੁਹੰਜਣੇ ਦਾ ਪੇਪਰ ਛਾਪਿਆ ਵੀ ਸੁਹੰਜਣਾ ਖਾਓ ਅਤੇ ਕਰੋਨਾ ਭਜਾਓ, ਇਹ ਹੈਡਿੰਗ ਰੱਖਿਆ ਸੀ। 10,000 ਪੇਪਰ ਫੇਸਬੁੱਕ 'ਤੇ ਪਾਇਆ, ਵਟਸਐਪ 'ਤੇ ਲੋਕਾਂ ਨੂੰ ਵੰਡਿਆ ਇਸੇ ਤਰ੍ਹਾਂ ਪੇਪਰ ਆ ਜਿਹੜਾ ਆ। ਫਿਰ ਹੁਣ ਇਹ ਡਿਟੇਲ ਲਿਖੀ ਆ, ਹੁਣ ਜਿਹੜਾ ਪੇਪਰ ਨਵਾਂ ਛਾਪਿਆ, ਲਾਉਣ ਦਾ ਸਮਾਂ ਇਹਦਾ ਜਦੋਂ ਗਰਮੀ ਸ਼ੁਰੂ ਹੋ ਜੇ, ਮਈ ਤੋਂ ਸ਼ੁਰੂ ਕਰ ਲਓ, ਅਪ੍ਰੈਲ ਤੋਂ ਤਾਂ ਨਹੀਂ ਅਸੀਂ ਕਹਿੰਦੇ ਕਿਉਂਕਿ ਅਪ੍ਰੈਲ ਵਾਸਤੇ ਬੀਜ ਸਾਨੂੰ ਦੱਖਣ 'ਚੋਂ ਮੰਗਾਉਣੇ ਪੈਣੇ ਆ, ਜਿਹਦੇ ਕੋਲ ਹਿੰਮਤ ਆ ਅਸੀਂ ਦੱਖਣ 'ਚੋਂ ਵੀ ਬੀਜ ਮੰਗਾਉਣੇ ਆ। ਸਾਡਾ ਜਿਹੜਾ ਦੇਸੀ ਬੀਜ ਆ, ਜਿਹੜਾ ਦੇਸੀ ਸੁਹੰਜਣੇ ਦਾ, ਇਹ ਜੂਨ ਦੇ ਪਹਿਲੇ ਹਫ਼ਤੇ ਪੱਕਦਾ, ਉਦੋਂ ਇਹਦੀ ਬਿਆਈ ਸ਼ੁਰੂ ਹੋਣੀ ਆ। ਇਹਦਾ ਪੁਰਾਣਾ ਬੀਜ ਤਾਂ ਚੱਲਣਾ ਹੀ ਨਹੀਂ, ਦੱਖਣ ਤੋਂ ਗੁਜਰਾਤ 'ਚੋਂ ਸਾਡੇ ਕੋਲ ਕਈ ਕੰਟੈਕਟ ਹੈਗੇ, ਸਾਡੇ ਕੋਲ ਉੱਧਰੋਂ ਅਸੀਂ ਬੀਜ ਮੰਗਾਉਣੇ ਆ, ਉਹ 1,000 ਰੁਪਈਏ ਦੇ ਕਿਲੋ ਅੰਦਾਜ਼ਨ ਹੁੰਦਾ ਉਹਦਾ ਰੇਟ, ਉਹ ਬੀਜ ਆਪਾਂ ਹੁਣ ਮਈ ਮਹੀਨੇ ਤੋਂ ਅਪ੍ਰੈਲ ਤੋਂ ਸ਼ੁਰੂ ਕਰ ਸਕਦੇ ਹਾਂ ਉਹਦਾ, ਅਤੇ ਇਹਦਾ ਐਂਡ ਆ ਜੁਲਾਈ ਦੇ ਐਂਡ ਤੱਕ ਇਹਦੀ ਬਿਜਾਈ ਕਰਨੀ ਚਾਹੀਦੀ, ਉਸ ਤੋਂ ਬਾਅਦ ਫਿਰ ਠੰਡ ਆ ਜਾਂਦੀ ਆ। ਅਗਲਾ ਸਵਾਲ ਇਹੀ ਆ ਵੀ ਇਹ ਉਮਰ ਸੀਮਾ ਵੀ ਕੋਈ ਹੋ ਸਕਦੀ ਵੀ ਕਿਸੇ ਛੋਟੇ ਬੱਚੇ ਨੂੰ ਨਹੀਂ ਦੇਣਾ ਜਾਂ ਵੱਧ ਉਮਰ ਦਾ ਬੰਦਾ ਘੱਟ ਖਾਵੇ? ਜਿਹੜਾ 2 ਸਾਲ ਦਾ ਬੱਚਾ ਆ, ਮੈਂ ਦੇਖਿਆ ਵੀ ਉਹਨਾਂ ਦੀਆਂ ਮਾਤਾਵਾਂ ਜੇ ਉਹਨੂੰ ਚੂੰਡੀ ਭਰ ਕੇ ਦੇ ਦੇਣ, 2 ਸਾਲ ਦੇ ਬੱਚੇ ਨੂੰ, ਉਹ ਬੜੀ ਖੁਸ਼ੀ ਨਾਲ ਖਾ ਲੈਂਦਾ ਅਤੇ ਉਹਦੇ 'ਤੇ ਵੀ ਅਸਰ ਹੋਵੇਗਾ। ਜਿਹੜੇ ਛੋਟੇ ਬੱਚੇ ਨੇ ਉਹ ਅੱਧਾ ਚਮਚਾ ਲੈਣ। ਵੱਡੀ ਉਮਰ ਵਾਲੇ ਨੂੰ ਵੀ ਮੇਰੀ ਸਲਾਹ ਇਹ ਆ ਵੀ ਇੱਕ ਤਾਂ ਰੋਟੀ ਖਾਣ ਤੋਂ ਬਾਅਦ ਖਾਣਾ, ਦੂਜੇ ਨੰਬਰ ਦੇ ਉੱਪਰ ਪਹਿਲਾਂ ਅੱਧਾ ਚਮਚਾ ਖਾਓ, ਕਿਉਂਕਿ ਕਿਸੇ ਨੂੰ ਕਿਸੇ ਤਰੀਕੇ ਨਾਲ ਕਈ ਵਾਰੀ ਨਹੀਂ ਪੂਰਾ ਇੱਕਦਮ ਮਾਫਕ ਆਉਂਦਾ ਅਤੇ ਕੋਈ ਸਾਈਡ ਇਫੈਕਟ ਨਾ ਹੋਵੇ, ਬਹੁਤ ਘੱਟ ਚਾਂਸ ਨੇ ਜੇ ਕਿਸੇ ਦੇ ਸਾਈਡ ਇਫੈਕਟ ਆਏ। ਆਮ ਤੌਰ 'ਤੇ ਇਹ ਬੜਾ ਵਧੀਆ, ਪਰ ਰੋਟੀ ਖਾਣ ਤੋਂ ਬਾਅਦ ਜ਼ਰੂਰੀ ਆ, ਕਿਉਂਕਿ ਬੜੀ ਹੈਵੀ ਡਾਈਟ ਆ। ਹਾਂ ਹਾਂ, ਅਗਲੇ ਬੂਟੇ ਦੀ ਤਾਂ ਪਰ ਇੱਕ ਸੁਹੰਜਣੇ 'ਤੇ ਹੋਰ ਮੈਂ ਥੋੜ੍ਹਾ ਜਿਹਾ ਦੱਸਣਾ ਵੀ ਗਰੀਬ ਲੋਕਾਂ ਵਾਸਤੇ ਵੀ ਸੁਹੰਜਣਾ ਜਦੋਂ ਆਪਾਂ ਖਾਵਾਂਗੇ, ਬਹੁਤ ਖੁਰਾਕ ਦਾ ਭੰਡਾਰ ਸਾਡੇ ਢਿੱਡ 'ਚ ਚਲੇ ਜਾਣਾ ਸੁਹੰਜਣੇ ਦੇ ਪਾਊਡਰ 'ਚੋਂ ਹੀ, ਇੱਕ ਚਮਚੇ 'ਚੋਂ ਹੀ। ਅਤੇ ਜਿਹੜਾ ਬੰਦਾ 10 ਰੋਟੀਆਂ ਗਰੀਬ ਖਾਂਦਾ ਅਤੇ ਮੈਂ ਗਰੰਟੀ ਨਾਲ ਕਹਿ ਸਕਦਾ ਵੀ ਉਹ 5-6 ਦੇ ਨਾਲ ਹੀ ਉਹਦੀ ਸੈਟਿਸਫੈਕਸ਼ਨ ਹੋ ਜਾਏਗੀ, ਅਤੇ 10 ਰੋਟੀਆਂ ਨਾਲੋਂ ਉਹਦੀ ਸਿਹਤ 5-6 ਰੋਟੀਆਂ ਖਾਣ ਨਾਲ ਹੀ ਵਧੀਆ ਹੋਵੇ, ਵਧੀਆ ਰਹੂ। ਹਾਂ, ਇਹ ਅਸੀਂ ਖੁਦ ਦੇਖਿਆ ਆ। ਦੂਜੇ ਨੰਬਰ ਦੇ ਉੱਪਰ ਤੁਲਸੀ ਦਾ ਬੂਟਾ, ਆਹ ਜਿਹੜਾ ਹੁਣ ਆਪਣਾ ਮਾਰਚ ਮਹੀਨਾ ਆ, ਇਹਦੇ ਠੰਡ ਦੇ ਵਿੱਚ ਤੁਲਸੀ ਦੇ ਬੂਟੇ ਖਤਮ ਹੋ ਜਾਂਦੇ, ਠੰਡ ਬਹੁਤ ਇਹਦੇ 'ਤੇ ਠੰਡ ਦਾ ਅਸਰ ਜ਼ਿਆਦਾ, ਅਤੇ ਸਾਡੀ ਸਲਾਹ ਇਹ ਆ ਲੋਕਾਂ ਨੂੰ ਵੀ ਜਦੋਂ ਠੰਡ ਸ਼ੁਰੂ ਹੁੰਦੀ ਆ, ਅਕਤੂਬਰ ਨਵੰਬਰ ਦੇ ਵਿੱਚ ਇਹਦੇ ਪੱਤੇ ਤੋੜ ਕੇ ਸੁਕਾ ਕੇ ਛਾਵੇਂ ਰੱਖ ਲਓ, ਅਤੇ ਅਪ੍ਰੈਲ ਮਈ ਤੱਕ, ਕਿਉਂਕਿ ਇਹਦੇ ਨਵੇਂ ਬੂਟੇ ਮਈ ਦੇ ਵਿੱਚ ਆਪਣੇ ਕੋਲ ਆਉਣੇ ਹੁਣ, ਅਤੇ ਉਦੋਂ ਤੱਕ ਇਹਦਾ ਭੰਡਾਰ ਸਾਡੇ ਕੋਲ ਪੱਤਿਆਂ ਦਾ ਪਿਆ ਹੋਣਾ ਚਾਹੀਦਾ। ਇਹਦੇ ਪੱਤਿਆਂ ਦਾ ਕਾੜਾ ਬਣਾ ਕੇ ਖੰਘ, ਜ਼ੁਕਾਮ, ਬੁਖਾਰ, ਇਹ ਤੁਲਸੀ ਦੇ ਗੁਣ ਨੇ। ਇਹ ਤੁਲਸੀ ਵੀ ਬੜੀ ਇਹਦਾ ਹਿੰਦੂ ਗ੍ਰੰਥਾਂ ਦੇ ਵਿੱਚ ਇਹਨੂੰ ਪਵਿੱਤਰ ਸਮਝਿਆ ਜਾ ਰਿਹਾ। ਅਤੇ ਚਲੋ ਤੱਤ ਕਿਹੜੇ ਕਿਹੜੇ ਹੁੰਦੇ ਇਹਦੇ ਵਿੱਚ? ਤੱਤ ਸਮਝ ਲਓ ਵੀ ਇਹੀ ਆ, ਮੈਂ ਹੁਣ ਤੁਹਾਨੂੰ ਦੱਸਦਾ ਵੀ ਇਹਦੇ 'ਚ ਤੱਤਾਂ ਬਾਰੇ ਨਹੀਂ ਆਪਾਂ ਨੂੰ ਜ਼ਿਆਦਾ, ਇਹਦੇ 'ਚ ਜਿਹੜੇ ਇਹਦੇ ਫਾਇਦੇ ਆ ਨਾ, ਇੱਕ ਹੋਰ ਤੱਤ ਦੀ ਜੇ ਆਪਾਂ ਗੱਲ ਕਰਦੇ, ਇਹਦੇ 'ਚ ਬੜੀ ਵੱਡੀ ਐਨਰਜੀ ਆ। ਐਨਰਜੀ ਐਨਰਜੀ ਇੱਦਾਂ ਜਿੱਥੋਂ ਮੈਂ ਕਿਤੋਂ ਟ੍ਰੇਨਿੰਗ ਲਈ, ਉਹਨਾਂ ਨੇ ਦੱਸਿਆ ਕੋਈ ਤਾਰਾ ਚੰਦ ਬੇਲ ਜੀ, ਦੱਖਣ ਦੇ ਐਕਸਪਰਟ ਕੁਦਰਤ ਪ੍ਰੇਮੀ,
ਉਹ ਕਹਿੰਦੇ ਵੀ ਇਹਦੇ ਵਿੱਚ ਇੰਨੀ એનર્ਜੀ ਆ 10 ਪੱਤੇ 1 ਕਿਲੋ ਪਾਣੀ 10 ਮਿੰਟ ਬਾਲਣਾ ਉਦੋਂ ਬਾਅਦ ਤੁਸੀਂ ਬੋਤਲ ਭਰ ਕੇ ਕੱਚ ਦੀ ਬੋਤਲ ਜਾਂ ਥਰਮਸ ਹੋਵੇ ਮੌਸਮ ਦੇ ਮੁਤਾਬਕ ਉਹਨੂੰ ਤੁਸੀਂ ਸਾਰਾ ਦਿਨ ਘੁੱਟ ਘੁੱਟ ਪੀਂਦੇ ਰਹੋ ਤੁਹਾਨੂੰ ਇੰਨੀ એનર્ਜੀ ਮਿਲੇਗੀ ਤੁਲਸੀ ਦੇ ਕਾੜੇ ਦੇ ਵਿੱਚੋਂ ਸਿਰਫ 10 ਮਿੰਟ ਬਾਲਣਾ 10 ਹੀ ਪੱਤੇ ਜ਼ਿਆਦਾ ਨਹੀਂ ਇੰਨੇ ਇਹਦੇ 'ਚ ਗੁਣ ਨੇ ਤੁਲਸੀ ਦੇ ਤਾਂ ਹੀ ਇਹਨੂੰ ਪਵਿੱਤਰ ਸਮਝਿਆ ਜਾਂਦਾ ਬਿਲਕੁਲ ਇਹ ਤੋਂ ਅੱਗੇ ਕੜੀ ਪੱਤਾ ਆ ਕੜੀ ਪੱਤਾ ਕੜੀ ਪੱਤੇ ਦੇ ਵੀ ਬੂਟੇ ਅਸੀਂ ਇੱਥੇ ਆ ਦੇਖੋ ਇਹਦੇ ਕੋਈ ਜੁਲਾਈ ਅਗਸਤ ਤੋਂ ਇਹਦੇ ਜੁਲਾਈ ਅਗਸਤ ਤੋਂ ਬਾਅਦ ਇਹਦੀਆਂ ਨਮੋਲੀਆਂ ਪੱਕਦੀਆਂ ਨੇ ਜਿਸ ਤਰ੍ਹਾਂ ਨਿੰਮ ਜਾਮਣ ਆ ਉਹਦੇ ਨਾਲ ਹੀ ਇਹਦੀ ਫਲੀ ਪੱਕਦੇ ਆ ਬੀਜ ਪੱਕਦਾ ਇੱਥੇ ਸਾਡੇ ਹਸਪਤਾਲ ਦੇ ਵਿੱਚ ਵੀ ਇਹਦੇ ਵੱਡੇ ਬੂਟੇ ਹੈਗੇ ਆ ਹੋਰ ਵੀ ਜਿੱਥੋਂ ਕਿਤੋਂ ਇਹਦੇ ਬੀਜ ਸਾਨੂੰ ਲੱਭਦੇ ਆ ਇਹਦੇ ਅਸੀਂ ਬੀਜ ਲਿਫਾਫਿਆਂ ਦੇ ਵਿੱਚ ਬੀਜਦੇ ਹਾਂ ਸਾਰਾ ਅਗਸਤ ਮਹੀਨਾ ਸਾਰਾ ਸਤੰਬਰ ਮਹੀਨਾ ਕਈ ਵਾਰੀ ਬੂਟੇ ਥੱਲੇ ਉੱਗੇ ਹੁੰਦੇ ਆ ਉਹ ਅਸੀਂ ਬੂਟਾ ਹੀ ਏਡਾ ਕੁ 2-3 ਇੰਚ ਦਾ ਉਹ ਲਿਆ ਕੇ ਲਿਫਾਫਿਆਂ 'ਚ ਲਾ ਦਿੰਦੇ ਹਾਂ ਕੜੀ ਪੱਤੇ ਦੇ ਵਿੱਚ ਵੀ ਕੈਲਸ਼ੀਅਮ ਬਹੁਤ ਜ਼ਿਆਦਾ ਫਿਰ ਇਹਦੇ ਵਿੱਚ ਫੋਲਿਕ ਐਸਿਡ ਆ ਹੋਰ ਵੀ ਸਾਰੇ ਖੁਰਾਕੀ ਤੱਤ ਹੈਗੇ ਆ ਇਹਨੂੰ ਅਸੀਂ ਸਬਜ਼ੀ ਦੇ ਵਿੱਚ ਪਾਉਣਾ ਸਬਜ਼ੀ ਦਾ ਸਵਾਦ ਅਤੇ ਪਲੱਸ ਸਬਜ਼ੀ ਦੇ ਵਿੱਚ ਖੁਰਾਕੀ ਤੱਤ ਇਹਦੇ ਜਾਣੇ ਆ ਕਈ ਲੋਕ ਕਹਿ ਦਿੰਦੇ ਜੀ ਇਹ ਕੜੀ ਪੱਤਾ ਖਰੇ ਕੜੀ 'ਚ ਹੀ ਪਾਉਣਾ ਮੇਰੀ ਸਾਰਿਆਂ ਨੂੰ ਇਹ ਰਾਏ ਆ ਵੀ ਇਹ ਕੜੀ ਪੱਤਾ ਇਹਦਾ ਨਾਂ ਆ ਇਹਦੇ ਜਿਸ ਤਰ੍ਹਾਂ ਅਸੀਂ ਨਾਂ ਬੋਟੈਨੀਕਲ ਵੀ ਨਾਂ ਲਿਖੇ ਆ ਬੋਟੈਨੀਕਲ ਇਹਦਾ ਨਾਂ ਬੜਾ ਔਖਾ ਜਿਹਾ ਆ ਮੁਰਾਇਆ ਕੋਈ ਨਹੀਂ ਗੀ ਇੱਦਾਂ ਦਾ ਨਾਂ ਲਿਖਿਆ ਇਹ ਸਾਰਾ ਅਸੀਂ ਲਿਖਿਆ ਅੱਛਾ ਇਹ 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 ਜਿਹੜੀ ਚੀਜ਼ ਆ ਇਹ ਸਬਜ਼ੀ ਤੁਸੀਂ ਕਿਆ ਪਾ ਸਕਦੇ ਇਹ ਬੱਚੇ ਬਜ਼ੁਰਗ ਸਾਰੇ ਖਾ ਸਕਦੇ ਸਾਰੇ ਖਾ ਸਕਦੇ ਕਿਉਂਕਿ ਇਹ ਖੁਰਾਕੀ ਤੱਤ ਨੇ ਇਹਦੇ ਪਲੱਸ ਇਹਦਾ ਸਵਾਦ ਆ ਅਤੇ ਇਹਦੇ ਵਿੱਚ ਜਿਵੇਂ ਦੱਸਿਆ ਤੁਹਾਨੂੰ ਫੋਲਿਕ ਐਸਿਡ ਵੀ ਆ ਆਇਰਨ ਵੀ ਆ ਵਿਟਾਮਿਨ ਡੀ ਈ ਵੀ ਆ ਸਾਰੇ ਇਹਦੇ ਲਾਉਣ ਦਾ ਸਮਾਂ ਇਹਦਾ ਜਿੱਧਰੋਂ ਨਮੋਲੀਆਂ ਪੱਕ ਗਈਆਂ ਨਿੰਮ ਅਤੇ ਇਹ ਜਿਹੜਾ ਕੜੀ ਪੱਤਾ ਆ ਇਹਦਾ ਇੱਕੋ ਹੀ ਫਾਰਮੂਲਾ ਜਦੋਂ ਨਮੋਲੀ ਪੱਕ ਗਈ ਅਗਸਤ ਮਹੀਨੇ ਜੁਲਾਈ ਦੇ ਐਂਡ 'ਚ ਮੌਸਮ ਦਾ ਥੋੜ੍ਹਾ ਬਹੁਤਾ ਵੇਰੀਏਸ਼ਨ ਹੋ ਜਾਂਦੀ ਆ ਉਦੋਂ ਨਮੋਲੀਆਂ ਨੂੰ ਪੱਕੀਆਂ ਨੂੰ ਲਿਫਾਫਿਆਂ 'ਚ ਲਾਈ ਜਾਓ ਜੁਲਾਈ ਅਤੇ ਅਗਸਤ 2 ਮਹੀਨੇ ਸਾਰਾ ਇਹਦਾ ਬੜਾ ਵਧੀਆ ਟਾਈਮ ਆ ਇਹਦਾ ਬੀਜ ਪੁਰਾਣਾ ਨਹੀਂ ਆਪਾਂ ਰੱਖ ਸਕਦੇ ਨਾ ਨਿੰਮ ਦਾ ਰੱਖਿਆ ਜਾ ਸਕਦਾ ਨਾ ਇਹਦਾ ਰੱਖਿਆ ਜਾ ਸਕਦਾ ਆਪਾਂ ਕਹੀਏ ਵੀ ਪੁਰਾਣਾ ਨਾ ਸੁਹਾਜਣੇ ਦਾ ਪਿਛਲੇ ਸਾਲ ਦਾ ਰੱਖਿਆ ਜਾ ਸਕਦਾ ਅਤੇ ਇਸੇ ਤਰ੍ਹਾਂ ਇਸ ਤੋਂ ਅੱਗੇ ਆ ਕੁਆਰ ਗੰਦਲ ਆ ਇਹਨੂੰ ਆਪਾਂ ਐਲੋਵੀਰੇ ਕਰਕੇ ਜ਼ਿਆਦਾ ਮਸ਼ਹੂਰ ਆ ਹਰ ਬੰਦਾ ਕਿਉਂਕਿ ਇੰਗਲਿਸ਼ ਨੇਮ ਐਲੋਵੀਰਾ ਇਹਦੇ ਵਿੱਚ ਕੈਲਸ਼ੀਅਮ ਬੜਾ ਜ਼ਿਆਦਾ ਅਤੇ ਕੈਲਸ਼ੀਅਮ ਬਾਰੇ ਜੋ ਮੈਂ ਪੜ੍ਹਿਆ ਵੀ ਜੇ ਸਾਡੇ ਸਰੀਰ 'ਚ ਕੈਲਸ਼ੀਅਮ ਦੀ ਘਾਟ ਆ ਗਈ ਸਾਨੂੰ ਹੋਰ ਕੋਈ ਵੀ ਖੁਰਾਕੀ ਤੱਤ ਨਹੀਂ ਲੱਗਣਾ ਮੁੱਢ ਕੈਲਸ਼ੀਅਮ ਆ ਬਿਲਕੁਲ ਅਤੇ ਇਹਦੇ ਵਿੱਚ ਕੈਲਸ਼ੀਅਮ ਬਹੁਤ ਜ਼ਿਆਦਾ ਹੋਣ ਕਰਕੇ ਸਿਹਤ ਵਾਸਤੇ ਵਧੀਆ ਇਹਦਾ ਅਚਾਰ ਇਹਦਾ ਜੂਸ ਆ ਕੰਪਨੀਆਂ ਪੈਸੇ ਵੱਟਣ ਡਈਆਂ ਨੇ ਅਸੀਂ ਵਾਰ ਵਾਰ ਮੈਂ ਕਹਿੰਦਾ ਵੀ ਸਾਡੀ ਗੱਲ ਗਰੀਬਾਂ ਦੀ ਆ ਗਰੀਬ ਇਹਨੂੰ ਆਪਣੇ ਘਰ ਦੇ ਵਿੱਚ ਗਮਲੇ 'ਚ ਲਾ ਲੈਣ ਬਿਲਕੁਲ ਕਿਸੇ ਦੇ ਘਰ ਕੋਈ ਮੰਜਾ ਡਾਉਣ ਜਿੰਨਾ ਹੀ ਥਾਂ ਇਕੱਲਾ ਉਹ ਆਪਦੇ ਕੋਠੇ 'ਤੇ ਰੱਖ ਲਏ 2 ਕਮਲੇ ਨਹੀਂ ਤਾਂ ਸਾਂਝੇ ਥਾਂ 'ਤੇ ਲਾ ਲਵੇ ਅਤੇ ਇਹਦਾ ਜੂਸ ਕੱਢ ਕੇ ਇਹਦੀ ਸਬਜ਼ੀ ਅਚਾਰ ਕਈ ਕੁਛ ਬਣਾਇਆ ਜਾ ਸਕਦਾ ਸਵਾਦੀ ਤੌਰ 'ਤੇ ਜੇ ਆਪਾਂ ਮੂੰਹ ਦਾ ਚਸਕਾ ਦੇਖਣਾ ਹੋਵੇ ਤਾਂ ਇਹਦੇ ਗੁੱਦਾ ਜਿਹੜਾ ਉਹਦੇ ਪਕੌੜੇ ਵੀ ਬਣਾਏ ਜਾ ਸਕਦੇ ਆ ਮਾਈਆਂ ਵਾਸਤੇ ਬੀਬੀਆਂ ਵਾਸਤੇ ਵੀ ਜ਼ਰੂਰੀ ਜਿਹੜੀ ਹਾਂ ਹਾਂ ਆਪਾਂ ਸਰੀਰ 'ਤੇ ਲਾਈਏ ਚਿਹਰੇ 'ਤੇ ਲਾਓ ਤੁਸੀਂ ਇਹਦਾ ਜੂਸ ਕੱਢ ਕੇ ਗੰਦਕ ਨਿਕਲਦੀ ਜਿਹੜਾ ਜੈੱਲ ਆ ਜਿਹੜਾ ਨਿਕਲਦਾ ਉਹਨੂੰ ਤੁਸੀਂ ਫੇਸ 'ਤੇ ਲਾਓ ਤੁਹਾਡਾ ਚਿਹਰਾ ਜਿੱਦਾਂ ਬਿਊਟੀ ਪਾਰਲਰ ਵਾਲਿਆਂ ਨੇ ਤਾਂ ਬਨਾਉਟ ਹੀ ਕਰਨਾ ਨਾ ਪੈਸੇ ਲੈਣੇ ਉਹਨਾਂ ਨੇ ਕਈ ਪਤਾ ਨਹੀਂ ਕੈਮੀਕਲ ਲਾਉਣੇ ਆ ਉਹਦਾ ਕਈ ਸਾਈਡ ਇਫੈਕਟ ਹੁੰਦੇ ਆ ਇਹ ਇੱਕ ਨੈਚੁਰਲ ਆ ਕੁਦਰਤ ਨੇ ਜੋ ਸਾਨੂੰ ਤੋਹਫੇ ਦਿੱਤੇ ਨੇ ਅਸੀਂ ਉਹਨਾਂ ਦਾ ਜੇ ਸਹੀ ਇਸਤੇਮਾਲ ਕਰੀਏ ਤਾਂ ਬਹੁਤ ਵਧੀਆ ਇਸੇ ਤਰ੍ਹਾਂ ਅਸ਼ਵਗੰਧਾ ਅਸ਼ਵਗੰਧਾ ਵੀ ਸਾਡੇ ਸਰੀਰ ਦੀ ਜਿਹੜੀ ਆ ਇਮਿਊਨਿਟੀ ਠੀਕ ਕਰਦਾ ਕਈ ਤਰ੍ਹਾਂ ਦੀਆਂ ਬਿਮਾਰੀਆਂ ਠੀਕ ਕਰਦਾ ਕਮਜ਼ੋਰੀ ਠੀਕ ਕਰਦਾ ਫਿਰ ਅਸ਼ਵਗੰਧੇ ਦੇ ਬੂਟੇ ਵੀ
ਆਪਾਂ ਜ਼ਿਆਦਾ ਨਹੀਂ ਮਿਲਾ ਸਕਦੇ ਸਾਂਝੀਆਂ ਥਾਵਾਂ 'ਤੇ ਉੱਚੀਆਂ ਰੇਲਵੇ ਲਾਈਨਾਂ ਦੇ ਨਾਲ ਨਾਲ ਜਿਹੜੀ ਬੇਬਾਦ ਹੈਗੀ ਆ ਜ਼ਮੀਨ ਉੱਥੇ ਇਹ ਹੁੰਦੇ ਆ। ਨਾ ਵੀ ਆਪਾਂ ਲਾਈਏ ਤਾਂ ਇਹਦਾ ਪੰਸਾਰੀ ਤੋਂ ਆਪਾਂ ਪਾਊਡਰ ਲਿਆ ਸਕਦੇ ਹਾਂ, ਇਹਦਾ ਵੀ ਇੱਕ ਚਮਚ ਤੁਸੀਂ ਰੋਜ਼ਾਨਾ ਖਾਓ ਅਤੇ ਸਿਹਤ ਤੁਹਾਡੀ ਵਧੀਆ ਹੋਵੇਗੀ। ਫਿਰ ਹਾਰ ਸ਼ਿੰਗਾਰ ਆ, ਹਾਰ ਸ਼ਿੰਗਾਰ ਜੋੜਾਂ ਦੇ ਦਰਦ ਗੱਠੀਏ ਵਾਸਤੇ ਠੀਕ ਆ। ਹਾਰ ਸ਼ਿੰਗਾਰ ਬਾਰੇ ਇਹ ਪੜ੍ਹਿਆ ਅਸੀਂ ਵੀ ਇਹਦੇ 5-6 ਪੱਤੇ ਲਾਓ ਤੁਸੀਂ, ਸ਼ਾਮਾਂ ਨੂੰ ਰਾਤ ਨੂੰ ਉਬਾਲ ਲਓ, 2 ਕੱਪ ਪਾਣੀ ਪਾਉਣਾ ਅਤੇ ਮੱਧਮ ਅੱਗ ਦੇ ਉੱਪਰ ਜਦੋਂ ਕੜ ਕੜ ਕੇ ਉਬਲ ਕੇ 1 ਕੱਪ ਰਹਿ ਗਿਆ ਉਹਨੂੰ ਤੁਸੀਂ ਕੱਚ ਦਾ ਚੀਨੀ ਦੇ ਬਰਤਨ ਦੇ ਵਿੱਚ ਪਾ ਲਓ ਅਤੇ ਸਵੇਰੇ ਉੱਠਦਿਆਂ ਸਾਰ ਉਹਨੂੰ ਗਰਮ ਨਹੀਂ ਕਰਨਾ, ਉਹਨੂੰ ਐਸ ਐਚ ਹੀ ਪੀ ਲੈਣਾ। ਉਹ ਪੀ ਕੇ ਤੁਸੀਂ ਦੇਖਿਓ ਉਹਦੇ ਰਿਜ਼ਲਟ ਬਹੁਤ ਵਧੀਆ ਆਉਣਗੇ। ਅਤੇ ਇਦੋਂ ਅੱਗੇ ਅਰਜਨ ਦਾ ਰੁੱਖ ਆ, ਅਰਜਨ ਵੀ ਸਾਨੂੰ ਜ਼ਿਆਦਾ ਲਾਉਣ ਦੀ ਜ਼ਰੂਰਤ ਨਹੀਂ ਕਿਉਂਕਿ ਅਸੀਂ ਫੋਕਸ ਉਹਨਾਂ ਚੀਜ਼ਾਂ 'ਤੇ ਕੀਤਾ ਜਿਹੜੇ ਤੁਹਾਨੂੰ ਬਾਜ਼ਾਰੋਂ ਮੁੱਲ ਵੀ ਨਹੀਂ ਮਿਲਦੇ। ਕੜੀ ਪੱਤਾ ਤੁਹਾਨੂੰ ਕਿਤੋਂ ਨਹੀਂ ਗਾ ਮਿਲੇਗਾ, ਜੇ ਮਿਲੇਗਾ ਤਾਂ ਮਹਿੰਗਾ ਮਿਲੂ। ਅਤੇ ਸੁਹੰਜਣਾ ਵੀ ਇਸੇ ਤਰ੍ਹਾਂ ਜ਼ਿਆਦਾ ਅਸੀਂ ਫੋਕਸ ਤਾਂ ਕੀਤਾ ਵੀ ਇਹ ਬੂਟੇ ਉਹ ਲੋਕਾਂ 'ਚ ਲੈ ਕੇ ਜਾਈਏ ਵੀ ਜਿਹੜੇ ਲੋਕਾਂ ਨੂੰ ਜ਼ਿਆਦਾ ਵਧੀਆ ਅਤੇ ਬਾਹਰੋਂ ਨਹੀਂ ਮਿਲਦੇ। ਬਾਹਰੋਂ ਨਹੀਂ ਮਿਲਦੇ ਇਹ ਜਿਹੜਾ ਅਰਜਨ ਦਾ ਰੁੱਖ ਹੈ ਜ਼ਿਆਦਾ ਨਹੀਂ ਸਾਨੂੰ ਲਾਉਣ ਦੀ ਲੋੜ। ਸੜਕਾਂ 'ਤੇ ਪਾਰਕਾਂ 'ਚ ਜੰਗਲਾਤ ਮਹਿਕਮੇ ਨੇ ਬਹੁਤ ਬੂਟੇ ਲਾਏ। ਅਰਜਨ ਦੀ ਖਾਸੀਅਤ ਇਹ ਵੀ ਇਹਦਾ ਕੋਈ ਛੋਟਾ ਜਿਹਾ ਟਾਹਣ ਕੱਟੋ ਅਤੇ ਉਹਦਾ ਸੱਕ ਲਾ ਲਓ, ਦਸੰਬਰ ਤੋਂ ਸ਼ੁਰੂ ਕਰਕੇ ਮਾਰਚ ਦੇ ਅੱਧ ਤੱਕ ਜਾਂ ਹੋਲੀਆਂ ਤੱਕ ਸਮਝ ਲਓ ਜਦੋਂ ਗਰਮੀ ਸ਼ੁਰੂ ਹੁੰਦੀ ਆ ਉਦੋਂ ਇਹਦਾ ਉਦੋਂ ਤੱਕ ਇਹਦਾ ਕਾੜਾ ਪੀਣਾ। ਆਪਾਂ ਸਵੇਰੇ ਕਾਲੀ ਚਾਹ ਪੀਣ ਨਾਲੋਂ ਕੈਫੀਨ ਦੀ ਚਾਹ ਪੀਣ ਨਾਲੋਂ ਤੁਸੀਂ ਅਰਜਨ ਦਾ ਕਾੜਾ ਪੀਓ, ਥੋੜ੍ਹਾ ਜਿਹਾ ਸੱਕ ਪਾਓ ਅਤੇ ਉਹਨੂੰ ਕੋਈ 10-20 ਮਿੰਟ ਉਬਾਲੋ ਅਤੇ ਉਹਦੇ 'ਚ ਥੋੜ੍ਹਾ ਜਿਹਾ ਗੁੜ ਥੋੜ੍ਹਾ ਜਿਹਾ ਦੁੱਧ ਪਾ ਕੇ ਇੱਕ ਚਾਹ ਬਣ ਜਾਏਗੀ ਤੁਹਾਡੀ। ਤੁਹਾਡੀਆਂ ਦਿਲ ਦੀਆਂ ਨਾੜਾਂ ਜਿਹੜੇ ਹਸਪਤਾਲਾਂ ਦੇ ਵਿੱਚ ਜਾ ਕੇ ਅਮੀਰ ਲੋਕ ਬਾਈਪਾਸ ਸਰਜਰੀ ਕਰਵਾਉਂਦੇ ਆ, ਸਟੰਟ ਪਾਉਂਦੇ ਆ, ਉਹਨਾਂ ਨੂੰ ਸਾਨੂੰ ਲੋੜ ਨਹੀਂ। ਕੋਈ ਗਰੀਬਾਂ ਦੇ ਦਿਲ ਦੀਆਂ ਨਾੜਾਂ ਖੋਲ੍ਹ ਦੇਗਾ ਅਰਜਨ ਦੇ ਵਿੱਚ, ਇੰਨੀ ਤਾਕਤ ਆ ਜੀ। ਫਿਰ ਇਹਦੇ ਵਿੱਚ ਇਹ ਤਾਕਤ ਆ, ਇਹ ਸਰੀਰ ਦੀ ਜਨਰਲ ਸਾਡੀ ਇਮਿਊਨਿਟੀ ਸਿਸਟਮ ਠੀਕ ਕਰਦਾ, ਫਿਰ ਇਹ ਸ਼ੂਗਰ ਦਾ ਵੀ ਇਲਾਜ ਕਰਦਾ ਪਿਆ। ਇਸੇ ਤਰ੍ਹਾਂ ਫਿਰ ਚਲਾਈ ਆ, ਚਲਾਈ ਬਾਰੇ ਆ ਵੀ ਚਲਾਈ ਦਾ ਬੂਟਾ ਦੇਸੀ ਚਲਾਈ ਆਮ ਕਿਆਰੀਆਂ 'ਚ ਉੱਗਿਆ ਹੁੰਦਾ ਜੀ ਜੀ। ਬਹੁਤੇ ਲੋਕ ਇਹਦਾ ਸਾਗ ਬਣਾਉਂਦੇ ਆ, ਅਸੀਂ ਕਹਿੰਦੇ ਸਾਗ ਵੀ ਬਣਾਓ, ਇਹਦੇ ਪੱਤੇ ਤੁਸੀਂ ਸਲਾਦ ਵਾਂਗੂ ਖਾਓ, ਹਰੇ ਪੱਤੇ ਖਾਓ। ਇਹਦੇ 'ਚ ਆਇਰਨ ਅਤੇ ਕੈਲਸ਼ੀਅਮ ਆ ਬੜੇ, ਇਹਦੇ ਵਿੱਚ ਆ ਵਿਟਾਮਿਨ ਜਿਹੜੇ ਆ ਨਾ ਪ੍ਰੋਟੀਨ, ਵਿਟਾਮਿਨ ਏ, ਸੀ, ਈ, ਵਿਟਾਮਿਨ ਕੇ, ਇਹਦੇ ਵਿੱਚ ਇਹ ਸਮਝ ਲਓ ਵੀ ਫ੍ਰੀ ਦੇ ਵਿੱਚ ਮਿਲਦਾ। ਇਹਦਾ ਜਿਹੜਾ ਬੂਟਾ ਹੁੰਦਾ ਇਹਦੇ ਟੀਸੀ ਦੇ ਉੱਪਰ ਬੂਟੇ ਛੋਟੇ ਦੇ ਉੱਪਰ ਹੀ ਬੀਜ ਲੱਗ ਜਾਂਦੇ ਆ, ਤਾਂ ਹੀ ਇਹਦੀ ਗਿਣਤੀ ਲੱਖਾਂ ਕਰੋੜਾਂ ਅਰਬਾਂ ਦੇ ਵਿੱਚ ਆ। ਇੰਨਾ ਧਿਆਨ ਰੱਖਿਆ ਜਾਵੇ ਵੀ ਜਦੋਂ ਆਪਾਂ ਕਿਆਰੀਆਂ ਦੇ ਵਿੱਚ ਜਿਸ ਤਰ੍ਹਾਂ ਹੁਣ ਗਰਮੀ ਦੀ ਸਬਜ਼ੀ ਬੀਜੀ ਆਪਾਂ, ਕੱਦੂ, ਕਰੇਲੇ, ਘੀਆ ਬੀਜੇ ਆ, ਇਹਨੇ ਆਪਣੇ ਆਪ ਹੀ ਉੱਗ ਪੈਣਾ ਅਤੇ ਇਹਨੂੰ ਇੱਕ ਲਿਮਿਟ ਹੱਦ ਤੱਕ ਤੁਸੀਂ ਜਿਹੜੇ ਦੂਜੇ ਕੱਦੂ ਕਰੇਲੇ ਦੀਆਂ ਵੇਲਾਂ ਨੇ ਉਹਨਾਂ ਦੀ ਜੜ੍ਹ ਦੇ ਨਾਲ ਨਾ ਹੋਣ ਦਿਓ। ਪਾਸੇ ਖਾਲੀ ਥਾਵਾਂ 'ਤੇ ਇਹ ਜਿਹੜਾ ਚਲਾਈ ਦਾ ਬੂਟਾ ਵੀ ਹੋਣਾ ਚਾਹੀਦਾ ਅਤੇ ਉਹਦੇ ਪੱਤੇ ਤੋੜੋ ਤੁਸੀਂ, ਬਹੁਤ ਇਹ ਕਾਰਗਰ ਆ ਸਾਡੀ ਸਿਹਤ ਵਾਸਤੇ। ਫਿਰ ਔਲੇ ਦਾ ਬੂਟਾ, ਔਲੇ ਨੂੰ ਵੀ ਪੁਰਾਣੇ ਸਮੇਂ 'ਚ ਕਿਹਾ ਜਾਂਦਾ ਵੀ ਔਲੇ ਦਾ ਖਾਧਾ ਅਤੇ ਸਿਆਣੇ ਦਾ ਆਖਿਆ, ਬਾਅਦ 'ਚ ਪਤਾ ਲੱਗਦਾ ਔਲੇ ਦਾ ਕਿਉਂ ਪਤਾ ਲੱਗਦਾ ਬਾਅਦ 'ਚ, ਕਿਉਂਕਿ ਔਲੇ ਦੇ ਵਿੱਚ ਵਿਟਾਮਿਨ ਸੀ ਆ, ਹੋਰ ਵੀ ਇਹਦੇ ਵਿੱਚ ਦੇਖੋ ਬੀ ਕੰਪਲੈਕਸ ਆ, ਕੈਲਸ਼ੀਅਮ, ਫਾਸਫੋਰਸ, ਲੋਹਾ ਆ। ਔਲੇ ਦਾ ਚਾਰ ਖਾਓ, ਔਲੇ ਦੇ ਮੁਰੱਬਾ ਲਓ, ਔਲੇ ਦਾ ਜੂਸ ਲਓ, ਔਲੇ ਦੀ ਚਟਨੀ ਸਭ ਤੋਂ ਬਿਹਤਰ ਆ। ਡੰਡੇ ਕੁੰਡੇ ਤਾਂ ਹੁਣ ਖਤਮ ਹੋ ਗਏ, ਬੀਬੀਆਂ ਭੈਣਾਂ ਨੋਹਾਂ ਤੀਆਂ ਸਾਡੀਆਂ ਰੈਡੀਮੇਡ ਹੀ ਮਿਰਚ ਮਸਾਲੇ ਸਾਰੇ ਸਿੱਧੇ ਪਤੀਲੇ 'ਚ ਸੁੱਟੀ ਜਾਂਦੀਆਂ। ਪਹਿਲਾਂ ਸਮੇਂ 'ਚ ਹੁੰਦਾ ਸੀ ਵੀ ਸਾਰਿਆਂ ਨੂੰ ਮਿਕਸ ਕਰਕੇ ਡੰਡੇ ਕੁੰਡੇ ਦੇ ਨਾਲ ਰਗੜਿਆ ਜਾਂਦਾ ਸੀ। ਬਿਲਕੁਲ, ਹੁਣ ਜੇ ਅੱਜ ਕਿਸੇ ਨੇ ਤੰਦਰੁਸਤ ਰਹਿਣਾ ਇੱਕ ਤਾਂ ਮਿਰਚ ਮਸਾਲੇ ਆਪ ਰਗੜੋ, ਉਹਨਾਂ ਦੀ ਜਿਹੜੀ ਪਿਓਰਟੀ ਤਾਂ ਸਾਨੂੰ ਪਤਾ ਲੱਗੇਗਾ,
ਤੇ ਜਿਹੜੇ ਇਹ ਔਲੇ ਵਰਗੀਆਂ ਚੀਜ਼ਾਂ ਨੇ ਇਹਦੀ ਚਟਨੀ ਬਣਾਓ, ਔਲਾ ਪਾ ਲਓ, ਚਲਾਈ ਦੇ ਪੱਤੇ ਪਾ ਲਓ, ਨਾਰਦਾਣਾ ਪਾ ਲਓ, ਬਾਥੂ ਪਾ ਲਓ, ਵਿੱਚ ਜੋ ਮਿਰਚ ਮਸਾਲਾ ਗੁੜ ਪਾਓ। ਨਹੀਂ ਵੀ ਸਬਜ਼ੀ ਬਣਾਉਣ ਦਾ ਸਾਡਾ ਟਾਈਮ ਤੇ ਇਹਨੂੰ ਤੁਸੀਂ ਚਟਨੀ ਦੇ ਨਾਲ ਰੋਟੀ ਖਾਓ, ਸਬਜ਼ੀ ਜਦੋਂ ਆਪਾਂ ਬਣਾਉਂਦੇ ਹਾਂ ਉਹਦੇ 'ਚ ਕਿੰਨੇ ਖੁਰਾਕੀ ਤੱਤ ਨਸ਼ਟ ਹੋ ਜਾਂਦੇ ਸਾਡੇ। ਚਲੋ ਰੋਜ਼ ਆਪਾਂ ਚਟਨੀ ਵੀ ਨਹੀਂ ਖਾ ਸਕਦੇ, ਰੋਜ਼ ਸਬਜ਼ੀ ਵੀ ਨਹੀਂ ਖਾ ਸਕਦੇ, ਅਤੇ ਬੜਾ ਸੌਖਾ ਗਰੀਬ ਲੋਕਾਂ ਨੂੰ ਮੇਰੀ ਅਪੀਲ ਆ ਵੀ ਉਹ ਚਟਨੀ ਨਾਲ ਰੋਟੀ ਖਾਣ। ਇੱਕ ਵਾਰੀ ਕਿਤੇ ਹਸਪਤਾਲ ਦੇ ਵਿੱਚ ਮੈਂ ਬੈਠਾ ਕਿਸੇ ਡਾਕਟਰ ਕੋਲ ਅਤੇ ਕੋਈ ਬੀਬੀ ਆ ਗਈ, ਉਹਦਾ ਬੱਚਾ ਨਾ ਬੜਾ ਕਮਜ਼ੋਰ ਜਿਹਾ, ਅਤੇ ਉਹ ਡਾਕਟਰ ਨੇ ਵੀ ਕਹਿਤਾ ਜੀ ਬੀਬੀ ਇਹ ਸਾਡੇ ਉੱਤੇ ਲੱਗੇ ਡਾਕਟਰ, ਮੇਰੇ ਬਾਰੇ ਵੈਸੇ ਕਹਿਤਾ, ਅਤੇ ਉਹ ਬੀਬੀ ਦਾ ਮੇਰੇ ਵੱਲੇ ਜ਼ਿਆਦਾ ਧਿਆਨ ਹੋ ਗਿਆ। ਮੈਂ ਜਦੋਂ ਇਹ ਕਿਹਾ ਬੀਬੀ ਇਹ ਰੋਟੀ ਨਹੀਂ ਖਾਂਦਾ, ਕਹਿੰਦੀ ਇਹ ਨਾ ਸਬਜ਼ੀਆਂ ਨਹੀਂ ਖਾਂਦਾ ਅਤੇ ਚਟਨੀ ਬੜੀ ਪਸੰਦ ਕਰਦਾ, ਇਹ ਸੱਚੀ ਅਸਲ ਕਹਾਣੀ ਮੈਂ ਤੁਹਾਨੂੰ ਦੱਸ ਰਿਹਾ। ਮੈਂ ਕਿਹਾ ਵੀ ਬੀਬੀ ਬੱਚਾ ਬੜਾ ਸਿਆਣਾ ਆ, ਇਹਨੂੰ ਚਟਨੀ ਦੇ ਨਾਲ ਰੋਟੀ ਦਿਓ, ਕਿਉਂਕਿ ਸਾਡੇ ਟੇਸਟ ਨਹੀਂ, ਕੋਈ ਲੂਣੀ ਚੀਜ਼ ਪਸੰਦ ਕਰਦਾ, ਕੋਈ ਮਿੱਠੀ ਚੀਜ਼ ਪਸੰਦ ਕਰਦਾ, ਇਹ ਅੱਡੋ ਅੱਡ ਸੁਭਾਅ ਆ। ਅਤੇ ਜਿਹੜਾ ਬੱਚਾ ਜਿਹੜੀ ਚੀਜ਼ ਪਸੰਦ ਕਰਦਾ, ਜੇ ਮਿੱਠਾ ਪਸੰਦ ਕਰਦਾ ਉਹਨੂੰ ਗੁੜ ਦਿਓ, ਖੰਡ ਥੋੜ੍ਹਾ ਦੇਣੀ ਆ, ਅਤੇ ਜਿਹੜਾ ਨਮਕੀਨ ਚੀਜ਼ਾਂ ਨੇ ਉਹਨੂੰ ਚਟਨੀ ਉਹਨੂੰ ਆਪਾਂ ਬਣਾ ਕੇ ਦਈਏ। ਇਹ ਔਲੇ ਦੇ ਫਾਇਦੇ ਆ। ਅਤੇ ਇਸ ਤੋਂ ਅੱਗੇ ਖੀਰ ਦੇ ਉੱਪਰ ਜਿਹੜਾ ਬਿੱਲ ਦਾ ਰੁੱਖ ਆ, ਇਹਨੂੰ ਹਿੰਦੂ ਗ੍ਰੰਥਾਂ ਦੇ ਵਿੱਚ ਬੇਲ ਪੱਤਰ ਦੇ ਤੌਰ 'ਤੇ ਲਿਖਿਆ ਜਾਂਦਾ। ਆਪਾਂ ਹੁਣ ਤਰਨ ਤਾਰਨ ਦੀ ਧਰਤੀ 'ਤੇ ਖੜ੍ਹੇ ਹਾਂ, ਮਾਝੇ ਦੇ ਵਿੱਚ ਇਹ ਬਹੁਤ ਘੱਟ ਨੇ ਬੂਟੇ, ਮਾਲਵੇ 'ਚ ਵੀ ਘੱਟ ਨੇ, ਅਤੇ ਜਿਹੜਾ ਮਾਲਵੇ ਦਾ ਹਿੱਸਾ ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ਅਤੇ ਰੋਪੜ ਆ, ਇਹਨਾਂ ਤਿੰਨਾਂ ਜ਼ਿਲ੍ਹਿਆਂ ਦੇ ਵਿੱਚ ਬਹੁਤ ਬੂਟੇ ਜ਼ਿਆਦਾ ਆ ਇਹਦੇ, ਅਤੇ ਸਾਡੀ ਕੋਸ਼ਿਸ਼ ਆ ਵੀ ਬਿੱਲ ਦੇ ਰੁੱਖ ਆਪਣੇ ਪੰਜਾਬ ਸਾਰੇ 'ਚ ਲਿਆਉਂਦੇ ਜਾਣ, ਤਰਨ ਤਾਰਨ ਲਿਆਉਂਦੇ ਜਾਣ। ਇਹਦੇ ਜਿਹੜੇ ਫਾਇਦੇ ਨੇ, ਬਿੱਲ ਦਾ ਰੁੱਖ ਅਪ੍ਰੈਲ ਦੇ ਪਹਿਲੇ ਹਫ਼ਤੇ ਪੱਕ ਜਾਂਦਾ, ਬਾਅਦ 'ਚ ਇਹਦੀ ਪੈਲ ਪਾ ਕੇ ਵਪਾਰੀ ਦੂਰ ਦੁਰਾਡੇ ਭੇਜਦੇ ਆ। ਇਹਨੂੰ ਤੁਸੀਂ ਇਹਦੇ ਸਿੱਧਾ ਗੁੱਦਾ ਖਾਓ, ਇਹਦਾ ਮੁਰੱਬਾ ਖਾਓ, ਇਹਦਾ ਜੂਸ ਪੀਓ, ਇਹਦਾ ਸਕੁਐਸ਼ ਲਓ, ਇਹਦੀ ਕੈਂਡੀ ਲਓ, ਮੇਦੇ ਦਾ ਅਲਸਰ ਤੱਕ ਠੀਕ ਕਰਦਾ ਜਿਹੜਾ ਬਿੱਲ ਦਾ ਫਾਲਾ ਜਿਹੜਾ। ਤਾਂ ਹੀ ਇਹਨੂੰ ਬੇਲ ਪੱਤਰ, ਮੈਂ ਦੇਖਿਆ ਕਈ ਹਿੰਦੂ ਭਰਾ ਮੈਨੂੰ ਕਹਿਣਗੇ ਬਿੱਲ ਦਾ ਰੁੱਖ ਹੈਗਾ ਤੁਹਾਡੀ ਨਰਸਰੀ 'ਚ, ਮੈਂ ਕਹਿੰਦਾ ਇੱਥੇ ਸਾਡੇ ਕੋਲ ਨਹੀਂ, ਤੁਹਾਨੂੰ ਲਿਆ ਦਿਆਂਗੇ। ਇਹ ਜੇ ਸਾਡੇ ਲੋਕ ਆ ਨਾ ਜਿਹੜੇ, ਜੇ ਇਕੱਲਾ ਉਹਨੂੰ ਕਹੀਏ ਨਾ ਸਿਹਤ ਵਾਸਤੇ ਠੀਕ ਆ ਅਤੇ ਉਹ ਇੰਨੀ ਅਹਿਮੀਅਤ ਨਹੀਂ ਦਿੰਦੇ, ਜੇ ਉਹਨੂੰ ਕਹੀਏ ਨਾ ਧਾਰਮਿਕ ਤੌਰ 'ਤੇ, ਜਿੱਦਾਂ ਹੁਣ ਨਾਸ਼ਪਾਤੀ ਆ, ਭਾਵੇਂ ਚਲੋ ਅੱਜ ਦਾ ਵਿਸ਼ਾ ਆਪਣਾ ਨਹੀਂ, ਲੰਮੀ ਗੱਲ ਨਾ ਹੋ ਜੇ, ਨਾਸ਼ਪਾਤੀ ਦੱਖਣ ਦੇ ਵਿੱਚ ਮੰਦਰਾਂ ਦੇ ਵਿੱਚ ਚੜ੍ਹਾਈ ਜਾਂਦੀ ਆ, ਸਾਡੇ ਕੋਲ ਵਾਧੂ ਨਾਸ਼ਪਾਤੀ ਅਸੀਂ ਖਾਂਦੇ ਨਹੀਂ। ਅਤੇ ਜੇ ਕੋਈ ਸਾਡਾ ਇੱਥੇ ਕੋਈ ਬਾਬਾ ਇਹ ਕਹਿ ਦੇਵੇ, ਕੋਈ ਬਾਬਾ ਜਿੱਦਾਂ ਨਾ ਮਰਜ਼ੀ ਹੋਵੇ, ਮੈਂ ਕਹਿੰਦਾ ਨਿਕੰਮਾ ਬਾਬਾ ਵੀ ਹੋਵੇ, ਅੰਧ ਵਿਸ਼ਵਾਸੀ ਹੋਵੇ, ਜੇ ਲੋਕਾਂ ਨੂੰ ਇਹ ਕਾਲ ਦੇ ਦੇਵੇ ਤੁਸੀਂ ਇੱਕ ਨਾਸ਼ਪਾਤੀ ਖਾਓ, ਤੁਹਾਡੀ ਵੱਡੀ ਅੰਤੜੀ ਸਾਫ਼ ਹੋ ਜਾਏਗੀ, ਤੁਹਾਨੂੰ ਕਬਜ਼ ਨਹੀਂ ਹੋਵੇਗੀ। ਅਤੇ ਇਹ ਜਿਹੜੇ ਫਲ ਵੀ ਨੇ, ਇਹ ਮੈਡੀਕਲ ਮੈਡੀਸੀਨਲ ਬੂਟੇ ਆ, ਇਹ ਕੁਦਰਤ ਦਾ ਵਰਦਾਨ ਆ। ਇੱਕ ਉਹ ਬੂਟਾ ਪਿਆ ਸੀ ਗੁੜਮਾਰ ਦਾ, ਤੁਸੀਂ ਕਹਿ ਰਹੇ ਸੀ, ਉਹ ਜ਼ਰੂਰ ਦਿਖਾ ਦਿਓ, ਕਿਉਂਕਿ ਇਹ ਇਸ ਚੀਜ਼ ਤੋਂ ਜ਼ਿਆਦਾ ਪ੍ਰਭਾਵਿਤ ਨੇ ਲੋਕ। ਇਹ ਬੂਟੇ ਦਾ ਨਾਂ ਗੁੜਮਾਰ ਆ, ਇਹਦੀਆਂ ਜਿਹੜੀਆਂ ਕਲਮਾਂ ਆ, ਦੇਖੋ ਕਲਮ ਲਾਈ ਅਸੀਂ, ਅਤੇ ਇਹ ਕਲਮ ਲਾਉਣ ਦਾ ਜਿਹੜਾ ਟਾਈਮ ਆ, ਜਿਵੇਂ ਤੁਸੀਂ ਕਹਿ ਲਓ ਜੁਲਾਈ ਤੋਂ ਸ਼ੁਰੂ ਕਰ ਲਓ ਜਦੋਂ ਬਾਰਿਸ਼ਾਂ ਸ਼ੁਰੂ ਹੋ ਜਾਂਦੀਆਂ, ਅਤੇ ਇਹਨੂੰ ਤੁਸੀਂ ਦਸੰਬਰ ਜਨਵਰੀ ਤੱਕ ਇਹਨੂੰ ਲਾ ਸਕਦੇ, ਦਸੰਬਰ ਤੱਕ ਰੱਖੋ, ਥੋੜ੍ਹੀ ਜਿਹੀ ਗਾਂ ਠੰਡ ਜਦੋਂ ਆ ਜਾਓ ਫਿਰ ਘੱਟ ਫੁੱਟਦਾ, ਸਾਰਾ ਸਾਲ ਹੀ ਇਹ ਕਲਮ ਤੋਂ ਤਿਆਰ ਹੁੰਦਾ। ਇਹ ਸ਼ੂਗਰ ਵਾਸਤੇ, ਇਹਨੂੰ ਕਈ ਲੋਕ ਸ਼ੂਗਰ ਦਾ ਬੂਟਾ ਕਹਿ ਦਿੰਦੇ ਆ, ਆਹ ਪੱਤੇ ਤਾਂ ਛੋਟੇ ਆ, ਜਦੋਂ ਪੱਤੇ ਵੱਡੇ ਹੋ ਜਾਣ ਇਹ ਕਾਫੀ ਵੱਡਾ ਬੂਟਾ ਹੋ ਜਾਂਦਾ, ਜਿੱਡਾ ਮਰਜ਼ੀ ਤੁਸੀਂ ਇਹਨੂੰ ਰੱਖੋ, ਇਹਦਾ ਪੱਤਾ ਤੁਸੀਂ ਇੱਕ ਪੱਤਾ ਰੋਜ਼ ਖਾਓ। ਮੈਂ ਨਹੀਂ ਕਹਿੰਦਾ ਵੀ ਇਹਦੇ 'ਤੇ ਆਪਾਂ ਕੇਂਦਰਿਤ ਰਹਿਣਾ, ਤੁਸੀਂ ਸੁਹੰਜਣਾ ਖਾਓ, ਹੋਰ ਸਾਰੇ ਆਪਦਾ ਜੀਵਨ ਡਾਇਟ ਪਲਾਨ ਸਹੀ ਤਰੀਕੇ ਨਾਲ ਖਾਓ, ਤੁਹਾਡੀ ਸ਼ੂਗਰ ਹੋਵੇਗੀ ਨਹੀਂ ਤੁਹਾਨੂੰ, ਫਿਰ ਵੀ ਜੇ ਹੋ ਗਈ ਤਾਂ ਇਹਦਾ ਇੱਕ ਪੱਤਾ ਖਾਓ। ਸਾਡੇ ਇੱਥੇ ਪਿੰਡ ਇੱਕ ਕੋ ਆਪਣੇ ਸੱਜਣ, ਉਹ ਇਹਦੇ ਲਗਾਤਾਰ ਸਾਡੇ ਘਰੋਂ ਪੱਤੇ ਖਾਂਦੇ ਰਹੇ ਰੋਜ਼, ਅਤੇ ਉਹਨਾਂ ਦੀ ਸ਼ੂਗਰ ਇੱਕ ਦਿਨ ਚੈੱਕ ਕਰਾਈ ਅਤੇ 50 ਰਹਿ ਗਈ।
ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਵੀ ਤੁਹਾਡੀ ਸ਼ੂਗਰ ਇਹਨੇ ਸਗੋਂ ਘਟਾ ਕੇ ਵੀ ਨੁਕਸਾਨ ਆ ਉਲਟਾ। ਆਹ ਦੇਖੋ ਵੀ ਇਹ ਗੁੜ ਮਾਰ ਆ, ਬੋਟੈਨੀਕਲ ਨਾਂ ਦਾ ਇਹਦਾ ਮੈਨੂੰ ਪਤਾ ਨੀਗਾ। ਆਹ ਮੈਨੂੰ ਸ਼ੂਗਰ ਦਾ ਇਨਸੁਲਿਨ ਬੂਟਾ ਵੀ ਕਹੀ ਕਹੀ ਜਾਂਦੇ ਆ, ਇੱਕ ਇਨਸੁਲਿਨ ਦਾ ਬੂਟਾ ਹੋਰ ਵੀ ਆ, ਉਹਦੇ ਥੱਲੇ ਉਹ ਸ਼ਕਰ ਪੈਦਾ ਹੁੰਦੇ ਆ, ਇਹਦੀ ਤਾਂ ਟਾਹਣੀ ਆਪਾਂ ਕਟਿੰਗ ਲਾਤੀ। ਅਤੇ ਇਹ ਕਰਕੇ ਅਸੀਂ ਸਮੁੱਚਾ ਸਾਡਾ ਜੋ ਇੱਥੇ ਇਸ ਨਰਸਰੀ ਦਾ ਮੇਨ ਮਕਸਦ ਆ, ਇੱਕ ਤਾਂ ਨਰੇਗਾ ਸਕੀਮ ਦੇ ਵਿੱਚ ਲੋਕਾਂ ਨੂੰ ਰੁਜ਼ਗਾਰ ਮਿਲੇ, ਭਾਰਤ ਸਰਕਾਰ ਦੇ ਪੈਸੇ ਆ, ਭਾਰਤ ਸਰਕਾਰ ਦੇ ਵੀ ਨਹੀਂ ਮੈਂ ਕਹਿੰਦਾ, ਸਾਡੇ ਪੰਜਾਬ ਦੇ ਪੈਸੇ ਆ, ਸਾਡੇ ਟੈਕਸ ਦਿੱਲੀ ਜਾ ਰਹੇ ਆ, ਉਹ ਸਾਨੂੰ ਪੂਰਾ ਹਿੱਸਾ ਨਹੀਂ ਦਿੰਦੇ, ਜਿੰਨਾ ਕੁ ਹਿੱਸਾ ਦਿੰਦੇ ਮੈਂ ਦੇਖਿਆ ਉਨਾ ਅਸੀਂ ਵਰਤਦੇ ਵੀ ਨਹੀਂ। ਮੇਰੀ ਐਲਾਨੀਆਂ ਆ ਸਿਆਸੀ ਲੋਕਾਂ ਨੂੰ, ਬੇਨਤੀ ਵੀ ਆ ਉਹਨਾਂ ਨੂੰ, ਚੈਲੰਜ ਵੀ ਆ, ਜੇ ਨਰੇਗਾ ਸਹੀ ਤਰੀਕੇ ਨਾਲ ਇਹ ਬੰਦੇ ਦੇ ਪੁੱਤ ਬਣ ਕੇ ਨਰੇਗਾ ਨੂੰ ਲੈ ਆਉਣ, ਅਤੇ 1000-1000 ਰੁਪਈਏ ਦੇ ਜਿਹੜੇ ਨਾਟਕ ਕਰਦੇ ਫਿਰਦੇ ਨਾ ਅਸੀਂ, ਗਰੀਬ ਔਰਤਾਂ ਨੂੰ ਦੇਣਾ, ਸਾਰੀਆਂ ਔਰਤਾਂ ਨੂੰ ਕਹਿੰਦੇ ਦੇਣਾ, ਕਿਉਂ ਦੇਣਾ? ਜਿਹੜੀਆਂ ਨੌਕਰੀ 'ਤੇ ਲੱਗੀਆਂ ਬੀਬੀਆਂ, ਮੇਰੀ ਘਰ ਵਾਲੀ ਆ, ਸਾਡੇ ਘਰ ਦੀ ਮੈਂਬਰ ਕੋ ਔਰਤ ਆ, ਕਿਉਂ ਉਹਨੂੰ ਕੀ ਲੋੜ ਆ? ਸਾਡੀ ਜ਼ਮੀਨ ਜਾਇਦਾਦ ਆ, ਮੇਰੀ ਪੈਨਸ਼ਨ ਆ, ਨਹੀਂ ਸਾਨੂੰ ਲੋੜ ਆ। ਗਰੀਬ ਲੋਕਾਂ ਨੂੰ ਤੁਸੀਂ 1000 ਰੁਪਈਆ ਨਾ ਦਿਓ, ਉਹਨਾਂ ਨੂੰ ਰੁਜ਼ਗਾਰ ਦਿਓ, ਉਹਨਾਂ ਨੂੰ ਗੰਦੀ ਕਣਕ ਨਾ ਮਿਲੇ, ਗੰਦਾ ਆਟਾ ਨਾ, ਗੰਦੀ ਦਾਲ ਨਾ ਮਿਲੇ, ਉਹ ਅਣਖ ਨਾਲ ਅਣਖ ਨਾਲ ਜਾ ਕੇ ਬਾਜ਼ਾਰੋਂ ਖਰੀਦਣ। ਅਤੇ ਆਹ ਜਿਹੜੇ ਬੂਟੇ ਨੇ, ਸਾਡਾ ਮਕਸਦ ਇਹਨਾਂ ਦਾ ਇਹ ਇੱਕ ਹੀ ਗੱਲ ਵੀ ਇਹ ਖਾਣ, ਇਹਨਾਂ ਦੀ ਰੈਗੂਲਰ ਵਰਤੋਂ ਕਰਨ। ਅਤੇ ਮੈਂ ਦੇਖਿਆ ਬੜਾ ਤਰਸ ਆਉਂਦਾ ਜਦੋਂ ਮੈਂ ਗਰੀਬਾਂ ਦੇ ਘਰਾਂ ਜਾਂਦਾ, ਨਿੱਕੇ ਨਿੱਕੇ ਬੱਚਿਆਂ ਨੂੰ ਸ਼ੂਗਰ, ਗਰੀਬਾਂ ਦੇ ਬੱਚਿਆਂ ਨੂੰ ਵੀ ਸ਼ੂਗਰ ਹੋ ਗਈ ਆ, ਕਿਉਂਕਿ ਉਹਨਾਂ ਦਾ ਖਾਣ ਪੀਣ, ਖਾਣ ਸਟਾਈਲ ਆ ਜਿਹੜਾ ਸਾਰਾ ਮੀਡੀਏ ਦੇ ਉੱਤੇ ਕੰਟਰੋਲ ਆ, ਉਹਨਾਂ ਦੇ ਨਿੱਕੇ ਨਿੱਕੇ ਬੱਚੇ ਮੈਂ ਦੇਖਿਆ ਬਾਜ਼ਾਰੋਂ ਸੌਦਾ ਲੈਣ ਜਾਂਦੇ ਆ, 40-50 ਦਾ, ਅਤੇ 5 ਰੁਪਈਆਂ ਦਾ ਭੁਜੀਆ ਆਉਣ ਲੱਗਿਆ ਮੂੰਹ ਦੇ ਵਿੱਚ ਤੁਰਨੇ ਆਉਂਦੇ। ਅਖੀਰ ਵਿੱਚ ਨਾ ਇੱਕ ਸਵਾਲ ਜ਼ਰੂਰ ਲਵਾਂਗੇ, ਹਾਂਜੀ, ਅਤੇ ਕੋਸ਼ਿਸ਼ ਕਰਿਓ ਵੀ 1.5 ਮਿੰਟ 'ਚ ਮੁਕਾ ਦਈਏ ਵੀ ਇੰਨੇ ਵਰਦਾਨ ਸਰੂਪੀ ਬੂਟਿਆਂ ਦੇ ਨਾਂ ਤੁਸੀਂ ਦੱਸੇ ਨੇ, ਸਿਰਫ ਗਿਣੇ ਚੁਣੇ ਬੰਦੇ ਜਿਹੜੇ ਇਹਨਾਂ ਬੂਟਿਆਂ ਦੀ ਫਰਮਾਇਸ਼ ਕਰਦੇ ਨੇ, ਹੈ ਨਾ, ਬਾਕੀ ਜਿਹੜੇ ਉਹ ਕਿਉਂ ਸੁੱਤੇ ਨੇ, ਜਾਂ ਸਾਡੀਆਂ ਸੰਸਥਾਵਾਂ ਜਿਹੜੀਆਂ ਉਹ ਇਹਨਾਂ ਬੂਟਿਆਂ ਦਾ ਕਿਉਂ ਨਹੀਂ ਪ੍ਰਚਾਰ ਕਰਦੀ, ਕਿੱਥੇ ਕਮੀਆਂ ਰਹਿ ਗਈਆਂ? ਕਮੀਆਂ ਮੈਂ ਸਮਝਦਾ ਵੀ ਇੱਥੇ ਸਰਕਾਰ ਦੀ ਕਮੀ ਆ। ਸਰਕਾਰਾਂ ਨੇ ਵੇਖੋ ਵੱਡੇ ਵੱਡੇ ਇਸ਼ਤਿਹਾਰ ਦੇ ਦਿੱਤੇ ਆ, ਇਹ ਵਪਾਰੀਆਂ ਦੀ ਮਿਲਣੀ ਆ ਜੀ, ਇਹ ਮੁਹੱਲਾ ਕਲੀਨਿਕਾ ਜੀ, ਸਾਰੇ ਜਿਹੜੇ ਇਹਦੋਂ ਪਹਿਲੇ ਸੀ ਉਹ ਵੀ ਇੱਦਾਂ ਕਰਦੇ ਸੀ। ਮੇਰੀ ਬੇਨਤੀ ਆ ਵੀ ਸਰਕਾਰਾਂ ਜੇ ਅਖਬਾਰ 'ਚ ਇਸ਼ਤਿਹਾਰ ਦੇ ਦੇਣ, ਮੈਡੀਸੀਨਲ ਬੂਟੇ ਲਾਓ, ਆਹ ਨਰੇਗਾ ਸਕੀਮ ਆ ਗਈ ਆ, ਮੈਂ ਕਹਿੰਦਾ ਪਤਾ ਨਹੀਂ ਨਰੇਗਾ ਨੂੰ ਹੋਵਾ ਕਿਉਂ ਇਹਨਾਂ ਨੇ ਬਣਾਤਾ। ਫਿਰ ਜਿਹੜੇ ਸਮਾਜ ਸੇਵੀ ਲੋਕ ਨੇ, ਧਾਰਮਿਕ ਲੋਕ ਨੇ, ਉਹ ਸਾਰੇ ਦੇ ਸਾਰੇ ਧਰਮ ਕੀ ਆ? ਧਰਮ ਇੱਕ ਨਿਯਮ ਆ, ਅਸੂਲ ਆ, ਕਿਸੇ ਦੇ ਨਾਲ ਬੁਰਾਈ ਨਾ ਕਰੋ, ਧੋਖਾ ਨਾ ਕਰੋ, ਅਤੇ ਇਹ ਨਹੀਂ ਵੀ ਧੋਖਾ ਨਾ ਕਰੋ, ਬੁਰਾਈ ਨਾ ਕਰੋ, ਲੋਕਾਂ ਦੇ ਨਾਲ ਪਰਉਪਕਾਰ ਵੀ ਕਰੋ। ਇੱਕ ਗੁਰਬਾਣੀ ਦਾ ਸ਼ਬਦ ਆਪਾਂ ਦੱਸ ਕੇ ਤੁਹਾਨੂੰ ਨਿਬੇੜਨਾ, ਗੁਰਬਾਣੀ 'ਚ ਲਿਖਿਆ, ਆਇਆ ਤਾਕਾ ਸਫਲ ਹੈ ਪਰਉਪਕਾਰੀ ਹੋਏ। ਬਿਲਕੁਲ, ਸਾਡੀ ਪਰਉਪਕਾਰ ਵਾਲੀ ਜ਼ਿੰਦਗੀ ਹੋਣੀ ਚਾਹੀਦੀ ਆ। ਜੇ ਸਾਡੀ ਜ਼ਿੰਦਗੀ ਪਰਉਪਕਾਰ ਦੀ ਨਹੀਂ, ਜਿਹੋ ਜਿਹੇ ਪਸ਼ੂ ਨੇ ਉਹੋ ਜਿਹੇ ਅਸੀਂ ਆ। ਪਸ਼ੂ ਤਾਂ ਫਿਰ ਵੀ ਕੰਮ ਆ ਜਾਂਦੇ ਆ, ਅਤੇ ਜੇ ਬੰਦਾ ਵਿਹਲਾ ਵਾਰਾ ਤੁਰਿਆ ਫਿਰਦਾ ਤਾਂ ਇਹ ਤਾਂ ਧਰਤੀ ਦੇ ਉੱਤੇ ਭਾਰ ਆ। ਮੇਰੀ ਬੇਨਤੀ ਹੈ ਵੀ ਸਾਰੇ ਲੋਕ ਵੈਰ ਵਿਰੋਧ ਛੱਡ ਕੇ, ਸਾਰੇ ਧਾਰਮਿਕ, ਸਾਰੀਆਂ ਸਿਆਸੀ ਪਾਰਟੀਆਂ ਵਾਲੇ, ਕਿਉਂਕਿ ਜਿਹੜਾ ਵਾਤਾਵਰਨ ਆ, ਬਿਮਾਰੀਆਂ ਦਾ ਅਸਰ ਸਾਰਿਆਂ 'ਤੇ ਇੱਕੋ ਜਿਹਾ ਹੁੰਦਾ, ਭਾਵੇਂ ਕੋਈ ਕਾਂਗਰਸੀ ਆ, ਅਕਾਲੀ ਆ, ਆਪ ਵਾਲੇ ਆ, ਜੇ ਵਾਤਾਵਰਨ ਸਾਡਾ ਖਰਾਬ ਆ ਅਤੇ ਉਹਦਾ ਅਸਰ ਹਰ ਬੰਦੇ 'ਤੇ ਹੋਣਾ ਹੀ ਹੋਣਾ, ਭਾਵੇਂ ਕੋਈ ਅਮੀਰ ਆ, ਭਾਵੇਂ ਕੋਈ ਗਰੀਬ ਆ। ਬਿਲਕੁਲ, ਅਖੀਰ ਸਾਡੀ ਬੇਨਤੀ ਇਹੋ ਵੀ ਸਾਰੇ ਲੋਕ, ਅਸਲ ਜਿਹੜਾ ਧਾਰਮਿਕ ਮੈਂ ਸਮਝਦਾ ਵੀ ਇਹੀ ਆ ਵੀ ਵਾਤਾਵਰਨ ਨੂੰ ਅਤੇ ਮਨੁੱਖ ਨੂੰ ਬਚਾਇਆ ਜਾਵੇ ਕਿਸੇ ਵੀ ਤਰੀਕੇ ਨਾਲ। ਕਾਰਪੋਰੇਟ ਘਰਾਣਿਆਂ ਤੋਂ ਬਚਣ ਦਾ ਇਹੀ ਤਰੀਕਾ ਹੈ ਵੀ ਆਪਣੇ ਹੱਥੀਂ ਆਪਣਾ ਆਪੇ ਕਾਜ ਸਵਾਰੀ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਮਿਹਰਬਾਨੀ। ਸੋ ਦੋਸਤੋ, ਗੱਲ ਇਹ ਆ ਵੀ ਮੈਂ ਸ਼ੁਰੂਆਤ ਤੌਰ 'ਤੇ ਕਿਹਾ ਸੀਗਾ ਕਿ ਜੇਕਰ ਇਹ ਵੀਡੀਓ ਤੁਸੀਂ ਪੂਰੀ ਸੁਣ ਲਓਗੇ ਤਾਂ ਜ਼ਿੰਦਗੀ ਵਿੱਚ ਕਦੇ ਵੀ ਬਿਮਾਰ ਨਹੀਂ ਹੋਵੋਗੇ, ਤੁਹਾਨੂੰ ਹਸਪਤਾਲ ਜਾਣ ਦੀ ਜ਼ਰੂਰਤ ਨਹੀਂ ਪਵੇਗੀ,
ਅਤੇ ਮੈਂ ਆਸ ਰੱਖਦਾ ਕਿ ਸਾਰਿਆਂ ਨੇ ਵੀਡੀਓ ਪੂਰੀ ਸੁਣੀ ਹੋਵੇਗੀ। ਅਤੇ ਹੁਣ ਨਾਲ ਦੀ ਨਾਲ ਇੱਕ ਬੇਨਤੀ ਹੋਰ ਕਰਾਂਗਾ ਕਿ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਇਹ ਵਡਮੁੱਲੀ ਜਾਣਕਾਰੀ ਜਿਹੜੀ ਹੈ ਉਹਨਾਂ ਲੋਕਾਂ ਤੱਕ ਪਹੁੰਚ ਸਕੇ ਜਿਹੜੇ ਰਾਤ ਨੂੰ ਕਹਿੰਦੇ ਵੀ ਸਾਨੂੰ ਤਾਂ ਗੋਲੀ ਲੈ ਕੇ ਗੋਲੀ ਖਾ ਕੇ ਨੀਂਦ ਆਉਂਦੀ ਹੈ। ਫਿਰ ਤੁਹਾਨੂੰ ਗੋਲੀ ਖਾਣ ਦੀ ਲੋੜ ਨਹੀਂ ਪਵੇਗੀ ਜੇਕਰ ਕੁਦਰਤ ਦੇ ਨਾਲ ਜੁੜ ਜਾਓਗੇ। ਜਿੱਥੇ ਵੀ ਜਗ੍ਹਾ ਮਿਲਦੀ ਹੈ ਜ਼ਰੂਰ ਇੱਕ ਇੱਕ ਬੂਟਾ ਜਿਹੜਾ ਜਾਂ ਸੁਹੰਜਣੇ ਦਾ ਜਾਂ ਕੜੀ ਪੱਤੇ ਦਾ ਜਾਂ ਹਾਰ ਸ਼ਿੰਗਾਰ ਦਾ ਐਲੋਵੀਰਾ ਦਾ ਜਿਹੜੇ ਜਿਹੜੇ ਅਸੀਂ ਮੈਡੀਸਨ ਬੂਟਿਆਂ ਦੀ ਗੱਲਬਾਤ ਕੀਤੀ ਹੈ ਇਹ ਬੂਟੇ ਜ਼ਰੂਰ ਲਗਾਓ ਇੱਕ ਇੱਕ ਬੂਟਾ ਲਗਾ ਕੇ ਅਤੇ ਤੁਸੀਂ ਇਹ ਜਾਣ ਲਓ ਵੀ ਤੁਸੀਂ ਬੱਚਿਆਂ ਵਾਸਤੇ ਸਾਹ ਪੈਦਾ ਕਰ ਗਏ ਹੋ। ਕੋਠੀਆਂ ਕਾਰਾਂ 'ਤੇ ਅਸੀਂ ਬਹੁਤ ਲੈ ਲਾਂਗੇ ਪਰ ਜੇ ਜ਼ਿੰਦਗੀ ਨਾ ਰਹੀ ਅਤੇ ਫਿਰ ਅਸੀਂ ਕਿਵੇਂ ਆਉਣ ਵਾਲਾ ਸਮਾਂ ਜਿਹੜਾ ਆਪਣਾ ਵਧੀਆ ਗੁਜ਼ਾਰਾਂਗੇ। ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ। ਜੁੜੇ ਰਹੋ ਸਾਡੇ ਨਾਲ, ਵੇਖਦੇ ਰਹੋ ਸੁਰਖਾਬ ਟੀਵੀ। ਧੰਨਵਾਦ।